ਮੈਨੂੰ ਆ ਰਹੀ ਹੈ ਸਰ, ਸੁਣਦੀ ਵੀ ਆ ਰਹੀ ਹੈ ਮੈਨੂੰ ਤਾਂ। ਤੁਹਾਨੂੰ ਅਮਰਜੋਤ ਸਰ ਦੀ ਆਉਂਦੀ ਫੋਟੋ? ਹਾਂਜੀ ਹਾਂਜੀ ਹਾਂ ਠੀਕ ਆ ਰਹੀ ਆ ਰਹੀ ਮੇਰੀ ਆ ਰਹੀ ਪ੍ਰੋਪਰ ਆ ਰਹੀ। ਸਰ ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆਉਂਦੀ ਮੈਨੂੰ। ਹਾਂਜੀ ਹਾਂਜੀ ਮੇਰੀ ਆਵਾਜ਼ ਮੈਂ ਬਸ ਨੇੜੇ ਨੂੰ ਕਰ ਲਿਆ ਮੈਂ। ਮੇਰੀ ਆਵਾਜ਼ ਫੋਟੋ ਫੋਟੋ ਆ ਰਹੀ ਹੈ ਸਾਰੀ ਪ੍ਰਦੀਪ ਸਿੰਘ? ਹਾਂਜੀ ਸਰ ਜੀ ਆ ਰਹੀ ਹੈ। ਅੱਛਾ ਅੱਛਾ ਸਰ ਕੀ ਕਰਦੇ ਹੋ ਅੱਜ, ਕੰਮ ਤੇ ਬੈਠੇ ਹੋ? ਨਹੀਂ ਸਰ, ਉਹ ਫਰੈਂਡ ਦੀ ਪੀਪੀਆਰ ਆਈ ਸੀ, ਉਹਦੇ ਨਾਲ ਮੋਹਾਲੀ ਆਇਆ ਹੋਇਆ ਸੀ। ਜਵਾਬ ਉਹਨਾਂ ਨੇ ਮੰਗਿਆ ਸੀ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਸਾਨੂੰ ਸਹੀ ਨੀ ਲੱਗਦੀ, ਤੇ ਉਹਦੇ ਅਕੋਰਡਿੰਗ ਹੁਣ ਜਿਹੜਾ ਆਪਾਂ ਜਵਾਬ ਬਣਾ ਕੇ ਭੇਜਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਫੇਰ ਇੱਕ ਰਿਕੁਐਸਟ ਭੇਜਤੀ ਆ। ਮੈਂ ਵੈਸੇ ਤਾਂ ਸਾਰਾ ਕੁਝ ਆਪਾਂ ਬਹੁਤ ਚੰਗੇ ਤਰੀਕੇ ਨਾਲ ਕਲੀਅਰ ਕਰਿਆ ਸੀਗਾ ਉਹਨਾਂ ਨੂੰ ਭਾਜੀ, ਕੀਤਾ ਤੇ ਚੰਗੇ ਤਰੀਕੇ ਨਾਲ ਹੀ, ਪਤਾ ਨਹੀਂ ਹੁਣ ਉਹਨਾਂ ਨੂੰ ਸਮਝ ਨਹੀਂ ਲੱਗੀ ਜਾਂ ਕੀ ਕਹਿ ਸਕਦੇ ਆ। ਪ੍ਰਦੀਪ ਸਿੰਘ ਤੁਸੀਂ ਮੇਰਾ ਲੈਟਰ ਦੇਖਿਆ ਸੀ ਭਾਜੀ, ਉਹ ਲਿਖਿਆ ਪੀਐਫ ਲੈਟਰ ਜੀ? ਨਹੀਂ ਦੇਖਿਆ? ਨਹੀਂ? ਹਾਂਜੀ ਸਰ ਦੇਖਿਆ ਸੀ। ਅੱਛਾ 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 ਠੀਕ ਹੈ, ਗੁੱਡ। PFL ਦਾ ਮਤਲਬ ਕੀ ਹੈ ਪਤਾ? PFL ਦਾ ਕੀ ਹੈ ਕਿ ਮਤਲਬ ਕਿ ਜੇ ਤੁਸੀਂ ਐਕਸਪਲੇਨ ਨਹੀਂ ਕਰਦੇ ਸਾਨੂੰ ਪ੍ਰੋਪਰ ਤਰੀਕੇ ਨਾਲ, ਅਸੀਂ ਤੁਹਾਨੂੰ ਬੈਨ ਕਰ ਦਾਂਗੇ 5 ਇਅਰਸ। ਹਾਂਜੀ ਸਰ ਦੱਸਿਆ ਸੀ, ਭਾਜੀ ਨੇ ਦੱਸਿਆ ਸੀ, ਹੋਈ ਸੀ ਗੱਲ ਇਹ। ਬੜਾ ਔਖਾ ਹੁੰਦਾ ਹੈ ਕੰਮ ਇਹ, ਇਮੀਗ੍ਰੇਸ਼ਨ ਲਾਇਰ ਮਤਲਬ ਇਸ ਚੀਜ਼ ਨੂੰ ਬੜੇ ਡਰਦੇ ਆ। ਹਾਂਜੀ ਹਾਂ ਸਰ ਦੱਸ ਰਹੇ ਸੀ, ਭਾਜੀ ਵੀ ਦੱਸ ਰਹੇ ਸੀ, ਬਹੁਤ ਹੀ ਮਤਲਬ ਸਾਡੇ ਲਈ ਵੀ ਤੁਹਾਡੇ ਲਈ ਵੀ ਇੰਨਾ ਉਹ ਹੋ ਜਾਂਦਾ ਹੈ ਡਿਫਿਕਲਟ ਜਦੋਂ ਐਵੇਂ ਦਾ ਕੇਸ ਆਉਂਦਾ, ਕੋਈ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਇਮੀਗ੍ਰੇਸ਼ਨ ਕੰਸਲਟੈਂਟ ਲਾਇਰ ਭਾਵੇਂ ਕੈਨੇਡਾ ਬੈਠਾ ਪੰਜਾਬ ਹੈ, ਉਹ ਕਹਿੰਦੇ ਜੀ ਭਾਜੀ ਲੈ ਜਾਓ ਜੀ ਪ੍ਰੋਸੀਜਰ ਫੈਰਨੈਸ ਆ ਗਈ, ਸਾਡੇ ਬਸ ਦਾ ਰੋਗ ਨਹੀਂ, ਕਿਸੇ ਤੋਂ ਹੋਰ ਕਰਵਾ ਲਓ। ਜਿਹੜੇ ਕਰਦੇ ਵੀ ਹੈ ਨਾ, ਫਿਰ ਉਹ ਕਹਿੰਦੇ ਲਿਆਓ ਜੀ $10,000 ਹੋਰ ਲਿਆਓ ਫਲਾਨਾ, ਤੇ ਅਸੀਂ ਕਰਾਂਗੇ, ਕੋਸ਼ਿਸ਼ ਕਰਾਂਗੇ, ਕੁਛ ਨਹੀਂ ਪਤਾ, ਕੋਸ਼ਿਸ਼ ਕਰਾਂਗੇ। ਓਕੇ ਭਾਜੀ, ਮੈਂ ਇਹ ਥੋੜ੍ਹਾ ਜਿਹਾ ਨਾ ਮੇਰਾ ਰੋਟੇਟ ਨਹੀਂ ਹੋ ਰਿਹਾ ਕੈਮਰਾ, ਬਟ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਦਿਖਾ ਦਿੰਦਾ, ਤੇ ਇਹਦੇ ਅਕੋਰਡਿੰਗ ਹੁਣ ਆਪਾਂ ਨਵੀਂ ਡਾਕੂਮੈਂਟੇਸ਼ਨ ਉਹਨਾਂ ਨੂੰ ਭੇਜਣੀ ਹੈ, ਤੁਸੀਂ ਸਕਰੀਨ 'ਤੇ ਚੈੱਕ ਕਰੋ। ਕਿਵੇਂ ਭਾਜੀ, ਮਤਲਬ ਵਟਸਐਪ ਤੇ? ਭਾਜੀ ਨਹੀਂ ਨਹੀਂ ਆ ਸਕਰੀਨ ਤੇ ਵੇਖੋ ਤੁਸੀਂ। ਨਹੀਂ ਨਹੀਂ ਵਟਸਐਪ ਨਹੀਂ, ਇਸ ਤਰ੍ਹਾਂ ਹੀ ਸਕਰੀਨ ਤੇ ਹੀ ਵੇਖੋ ਤੁਸੀਂ। ਇਸ ਤਰ੍ਹਾਂ ਕਰੋ ਸੁਖਮਨ, ਤੁਸੀਂ ਮੈਨੂੰ ਸੈਂਡ ਕਰ ਦਿਓ, ਮੈਨੂੰ ਵਟਸਐਪ ਕਰ ਦਿਓ, ਮੈਂ ਇੱਥੇ ਸ਼ੋ ਕਰ ਦਾਂਗਾ। ਹਾਂਜੀ ਸਰ, ਮੈਂ ਦਿਖ ਤਾਂ ਰਹੀ ਸੀ ਥੋੜੀ ਮੋਟੀ, ਬਟ ਕਲੀਅਰ ਨਹੀਂ ਦਿਖ ਰਹੀ ਇੱਥੇ। ਹੁਣ ਦੇਖੋ ਪਾਸਪੋਰਟ ਮੰਗਿਆ ਸਰ ਉਹਨਾਂ ਨੇ, ਮੈਨੂੰ ਜ਼ਿਆਦਾ ਕਲੀਅਰ ਨਹੀਂ ਹੋ ਰਿਹਾ, ਮੈਨੂੰ ਕੁਛ ਪਲੀਜ਼ ਦੱਸ ਦਿਓ ਤੁਸੀਂ, ਮੈਨੂੰ ਇਹਦਾ ਪਤਾ ਨਹੀਂ ਲੱਗ ਰਿਹਾ ਮਤਲਬ। ਪਾਸਪੋਰਟ ਹੀ ਮੰਗਿਆ ਤੁਹਾਡਾ ਜੀ? ਥੈਂਕ ਯੂ ਸਰ, ਤੁਸੀਂ ਥੈਂਕ ਯੂ ਸਰ ਸੋ ਮੱਚ। ਐਕਚੁਅਲੀ ਮੈਂ ਤਾਂ ਜਦੋਂ ਭਾਜੀ ਨੇ ਹੁਣ ਫੋਨ ਕਰਿਆ, ਮੇਰੇ ਸਾਰੇ ਫਰੈਂਡ ਉੱਪਰ ਬੈਠੇ ਸੀਗੇ ਉਹ ਫਲੈਟ 'ਚ, ਮੈਂ ਨੀਚੇ ਗਿਆ, ਮੈਨੂੰ ਇੰਨਾ ਜ਼ਿਆਦਾ ਡਿਫੀਕਲਟ ਹੋ ਰਿਹਾ ਸੀਗਾ ਵੀ ਲਾਈਕ ਉਹਨਾਂ ਨੂੰ ਜਾ ਕੇ ਕਿਵੇਂ ਫੇਸ ਕਰੂੰਗਾ ਜੇ ਕੁਛ ਹੋਰ ਮੰਗ ਲਿਆ ਹੋਇਆ। ਥੈਂਕ ਯੂ ਸਰ, ਤੁਹਾਨੂੰ ਸਰ ਦੀ ਫੋਟੋ ਆਉਂਦੀ ਹੈ? ਤੁਹਾਨੂੰ ਸਰ ਦੀ ਪਿਕਚਰ ਆਉਂਦੀ ਇਹਦੇ ਚ ਵੀਡੀਓ ਚ? ਹਾਂਜੀ ਸਰ, ਤੁਹਾਨੂੰ ਸਰ ਦੀ ਫੋਟੋ ਸ਼ੋ ਹੁੰਦੀ ਵੀਡੀਓ ਦੇ ਵਿੱਚ? ਹਾਂਜੀ ਹਾਂ ਹੋ ਰਹੀ ਹੈ ਸਰ। ਨਹੀਂ ਫੋਟੋ ਕੇ ਜਾ ਉਹ ਸਾਹਮਣੇ ਉਹਨਾਂ ਦੀ ਵੀਡੀਓ ਫੋਟੋ ਸ਼ੋ, ਮਤਲਬ ਸਰ ਦਾ ਇਸ ਫੇਸ ਸ਼ੋ ਹੋ ਰਹੇ, ਸਕਰੀਨ ਆ ਰਿਹਾ, ਮੇਰਾ ਸਕਰੀਨ ਆ ਰਿਹਾ, ਹੱਥ ਹਿਲਾ ਰਹੇ ਆ ਰਹੇ ਨਾ? ਹਾਂਜੀ ਹਾਂ ਹਾਂ, ਨਹੀਂ ਸਕਰੀਨ ਆ ਰਿਹਾ ਸਰ ਤੁਹਾਡਾ, ਮਤਲਬ ਫੇਸ ਵੀ ਆ ਰਹੀ ਹੈ ਫਰੰਟ ਤੇ। ਨਹੀਂ ਤੁਹਾਡੀ ਵੀਡੀਓ ਨਹੀਂ ਸ਼ੋ ਹੁੰਦੀ ਇਹਦੇ ਵਿੱਚ, ਪਤਾ ਨਹੀਂ ਕੀ ਪ੍ਰੋਬਲਮ ਹੈ। ਸਰ ਅੱਜ ਹੀ ਆਈ ਉਹਨਾਂ ਦੀ ਰਿਕੁਐਸਟ? ਹਾਂਜੀ ਸਰ, ਐਕਚੁਅਲੀ ਮੈਂ ਤਾਂ ਉਹ ਮੈਡੀਕਲ ਵਾਲਿਆਂ ਦੀ ਜਾਣ ਖਾ ਰੱਖੀ ਜੀ, ਉਹਨਾਂ ਨੂੰ ਡੇਲੀ ਫੋਨ ਕਰ ਕਰ ਵੀ ਅਪਡੇਟ ਕਰ ਦਿਓ ਮੈਡੀਕਲ, ਛੇਤੀ ਅਪਡੇਟ ਕਰ ਦਿਓ ਲਾਈਕ ਇੱਕ ਦੋ ਪੀਐਫਐਲ ਕਰਕੇ, ਇੱਕ ਜਦੋਂ ਵੀ ਚੱਲ
ਬਾਕੀ ਕਹਿੰਦੇ ਮੈਡੀਕਲ ਆਉਂਦਾ ਤਾਂ ਥੋੜਾ ਮੋਟਾ ਸਿਕਿਉਰਿਟੀ ਹੋ ਜਾਂਦੀ ਵੀ ਚਲੋ ਤੁਹਾਡੀ ਤੁਹਾਡੀ ਜਿਹੜੀ ਮੇਨ ਸੀ ਕਿ ਤੁਹਾਡਾ 6 ਦਿਨ ਬਾਅਦ ਹੀ ਪੀਐਫਐਲ ਦੇ ਜਵਾਬ ਦੇਣ ਤੋਂ ਬਾਅਦ ਚ ਮੈਡੀਕਲ ਆ ਗਿਆ ਹੈ ਮਤਲਬ ਮੈਂ ਤੁਹਾਨੂੰ ਕਹਿ ਗਿਆ ਕਿ ਮੈਨੂੰ ਖੁਦ ਡਰ ਲੱਗਦਾ ਕਿ ਕਿਤੇ ਭਲੇਖੇ ਨਾ ਆ ਗਿਆ ਹੋਵੇ ਮੈਡੀਕਲ ਆਇਆ ਸੀ ਤੇ ਮੈਨੂੰ ਵੀ ਉਦੋਂ ਇਹ ਸੀ ਵੀ ਇੰਨੀ ਛੇਤੀ 6 ਦਿਨ ਦੇ ਵਿੱਚ ਵਿੱਚ ਹੀ ਉਹਨਾਂ ਨੇ ਕਿਵੇਂ ਡਿਸੀਜਨ ਲੈ ਲਿਆ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਗਲਤੀ ਨਾ ਆ ਗਿਆ ਹੋਵੇ ਐਕਚੁਅਲੀ ਸਰ ਵਾਈਫ ਵੀ ਹੋਲਡ ਤੇ ਮੈਂ ਉਹਨੂੰ ਮੈਸੇਜ ਕਰਕੇ ਦੱਸ ਆ ਨਹੀਂ ਅਜੇ ਨਾ ਦੱਸਿਓ ਉਹਨਾਂ ਨੂੰ ਆ ਦੇਖੋ ਸਕਰੀਨ ਤੇ ਆਇਆ ਕੁਝ ਚੈਟ ਕਿ ਨਹੀਂ ਹਾਂਜੀ ਸਰ ਹੁਣ ਆਇਆ ਸਕਰੋਲ ਕਰੋ ਸਰ ਨੀਚੇ ਡੀਆਰ ਪ੍ਰਦੀਪ ਸਿੰਘ ਤੁਹਾਡਾ ਡਿਸੀਜਨ ਹੋ ਗਿਆ ਪਾਸਪੋਰਟ ਇਕਵਾਓ ਲਿਆਓ ਤੇ ਪ੍ਰੋਸੈਸ ਕਰੀਏ ਫਿਰ ਅੱਗੇ ਤੇ ਅਗਸਤ 22 ਤਰੀਕੇ ਕੱਲ ਰਾਤ ਦਾ ਆਇਆ ਹੋਇਆ ਐਕਚੁਅਲੀ ਅੱਛਾ ਜੀ ਅੱਛਾ ਇੱਥੇ ਅੱਜ ਸਾਡੇ ਸਵੇਰੇ ਅੱਜ ਆਇਆ ਕੈਨੇਡਾ ਟਾਈਮ ਤੇ ਤੁਹਾਡੇ ਕੱਲ ਦਾ ਓਕੇ 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 ਸਰ ਥੈਂਕ ਯੂ ਸਰ ਸੋ ਮਚ ਐਕਚੁਅਲੀ ਮੇਰੇ ਤਾਂ ਪਾਣੀ ਪੀ ਰਿਹਾ ਸੀ ਮੇਰੇ ਸਾਰਾ ਪਾਣੀ ਹਜ਼ਮ ਵੀ ਨਹੀਂ ਹੋਇਆ ਜਦੋਂ ਦਾ ਸੁਖਮਨ ਭਾਜੀ ਦਾ ਫੋਨ ਆਇਆ ਮੈਨੂੰ ਉਦੋਂ ਵੀ ਇੰਨਾ ਫੀਲ ਹੁੰਦਾ ਸੀ ਵੀ ਐਵੇਂ ਕਿਵੇਂ ਹੋ ਗਿਆ ਸਾਰਾ ਕੁਛ ਲਾਈਕ ਚਲੋ ਮੈਂ ਤਾਂ ਇੱਥੇ ਹੀ ਬੈਠਾ ਮੇਰੀ ਵਾਈਫ ਦਾ ਵੀ ਕਰੀਅਰ ਸਾਰਾ ਉਹਨਾਂ ਦਾ ਖਰਾਬ ਹੋ ਜਾਣਾ ਜੀ ਪੀਐਫਐਲ ਬਿਲਕੁਲ ਹੁਣ ਆਪਾਂ ਇਹ ਡਿਸਕਸ ਕਰ ਲਈਏ ਕਿਉਂਕਿ ਵੇਖੋ ਅੱਜ ਦੇ ਦਿਨ ਅਸੀਂ ਕੋਈ ਜ਼ਿਆਦਾ ਕੇਸ ਡਿਸਕਸ ਨਹੀਂ ਕਰਦੇ ਕਿਉਂਕਿ ਅੱਜ ਕੱਲ੍ਹ ਸਭ ਦੇ ਵੀਜ਼ਾ ਆ ਰਹੇ ਆ ਤੇ ਉਹਦੇ ਵਿੱਚ ਆਪਾਂ ਕੀ ਡਿਸਕਸ ਕਰੀਏ ਆਪਣੀ ਸਕਸੈਸ ਨੂੰ ਕਿ ਹਨਾ ਸਾਨੂੰ ਵੇਖੋ ਕਿਉਂਕਿ ਅਸੀਂ ਰਿਫਿਊਜ਼ਲ ਵਾਲੇ ਕੇਸ ਹੀ ਕਰਦੇ ਹੁੰਦੇ ਤੇ ਉਹਦੇ 'ਚ ਹੁਣ ਕੀ ਕਰੀਏ ਹੁਣ ਸਭ ਦੇ ਵੀਜ਼ਾ ਆਉਂਦੇ ਆ ਸੋ ਤੁਹਾਡਾ ਕੇਸ ਚੈਲੰਜਿੰਗ ਹੋ ਗਿਆ ਸੀ ਸਾਡੇ ਵਾਸਤੇ ਉਹਨੂੰ ਤਾਂ ਡਿਸਕਸ ਕਰਨ ਲੱਗੇ ਅੱਜ ਇਹ ਪੀਐਫਐਲ ਆਉਣ ਦਾ ਰੀਜ਼ਨ ਕੀ ਸੀ ਤੁਸੀਂ ਆਪਾਂ ਕਿਸੇ ਵੀ ਕੰਸਲਟੈਂਟ ਦਾ ਨਾਮ ਨਹੀਂ ਲੈਣਾ ਕਿਉਂਕਿ ਬਾਅਦ 'ਚ ਫਿਰ ਪ੍ਰੋਬਲਮਸ ਆਉਂਦੀਆਂ ਅੱਗੇ ਜਾ ਕੇ ਐਕਚੁਅਲੀ ਮੈਂ ਤਾਂ ਕਹਿਣਾ ਵੀ ਲੈ ਜਾ ਵੀ ਐਕਚੁਅਲੀ ਉਹ ਹੋਰ ਨਹੀਂ ਉਹ ਠੀਕ ਹੈ ਬਟ ਉਹ ਫਿਰ ਕੱਲ ਨੂੰ ਉਹ ਬੜੇ ਲੀਗਲ ਵੇ ਹੁੰਦੇ ਫਿਰ ਉਹ ਕਹਿਣਗੇ ਨਹੀਂ ਤੁਸੀਂ ਸਾਡਾ ਨਾਮ ਕਿਉਂ ਲਿਆ ਤੁਸੀਂ ਵੀਡੀਓ ਕਰੋ ਸੋ ਆਪਾਂ ਨਹੀਂ ਐਵੇਂ ਕਿਸੇ ਦਾ ਲੈ ਸਕਦੇ ਸੋ ਉਹਦੇ ਵਿੱਚ ਕੀ ਸੀ ਕਿ ਤੁਸੀਂ ਜਿਹੜੀ ਸਟੱਡੀ ਵੀਜ਼ਾ ਦੀ ਫਾਈਲ ਐਪਲੀਕੇਸ਼ਨ ਲਾਈ ਸੀ ਉਹਦੇ ਵਿੱਚ ਜੋ ਤੁਹਾਡਾ ਫਾਰਮਿੰਗ ਦਾ ਐਕਸਪੀਰੀਅੰਸ ਸੀ ਉਹਨਾਂ ਨੇ ਨਹੀਂ ਸੀ ਸ਼ੋਅ ਕੀਤਾ ਕਿਉਂ ਨਹੀਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਕਿ ਜੇ ਫਾਰਮਿੰਗ ਦਾ ਐਕਸਪੀਰੀਅੰਸ ਸ਼ੋਅ ਕਰਤਾ ਤੇ ਤੁਹਾਡਾ ਵੀਜ਼ਾ ਨਹੀਂ ਲੱਗਣਾ ਜਾਂ ਜੋ ਵੀ ਰੀਜ਼ਨ ਜਾਂ ਤੁਹਾਡੇ ਕੋਲ ਪ੍ਰੂਫ ਨਹੀਂ ਹੈਗੇ ਉਸ ਟਾਈਮ ਤੇ ਆਪਾਂ ਜਿਹੜਾ ਸੀ ਆਪਾਂ ਜੋ ਸੱਚ ਸੀ ਜੋ ਪੁਰਾਣਾ ਸੀ ਉਹ ਆਪਾਂ ਉਹਦੇ ਅਕੋਰਡਿੰਗ ਸ਼ੋਅ ਕੀਤਾ ਸੀ ਜਿਹੜੀ ਤੁਹਾਡੀ ਵਰਕ ਪਰਮਿਟ ਦੀ ਐਪਲੀਕੇਸ਼ਨ ਸੀ ਉਹਦੇ 'ਚ ਜਿਹੜਾ ਤੁਹਾਡਾ ਐਕਸਪੀਰੀਅੰਸ ਸੀ ਐਗਰੀਕਲਚਰ ਦਾ ਉਹ ਸੀਗਾ ਜਨਵਰੀ 2019 ਜਨਵਰੀ 2019 ਤੋਂ ਤੁਹਾਡੀ ਫਾਈਲ ਲੱਗੀ ਸੀ ਸਪਤੰਬਰ ਦੇ ਵਿੱਚ ਸਪਤੰਬਰ 2019 ਚ ਜਿਹਦੇ ਚ ਉਹਨਾਂ ਨੇ ਸ਼ੋਅ ਹੀ ਨਹੀਂ ਕੀਤਾ ਹਾਂਜੀ ਉਹਨਾਂ ਨੇ ਐਗਰੀਕਲਚਰ ਦਾ ਨਹੀਂ ਹਾਂ ਉਹਨਾਂ ਨੇ ਤੁਹਾਡੀ ਜਿਹੜੀ ਇੰਪਲੋਇਮੈਂਟ ਹਿਸਟਰੀ ਸੀ ਉਹਦੇ ਚ ਤੁਹਾਡੀ ਕੁਆਲੀਫਿਕੇਸ਼ਨ ਦੇ ਬਾਰੇ ਤੁਹਾਡੀ ਐਜੂਕੇਸ਼ਨ ਦੀਆਂ ਜਿਹੜੀਆਂ ਡੀਟੇਲ ਸੀ ਉਹ ਫਿਲ ਕਰਤੀਆਂ ਸੀ ਸੋ ਹੁਣ ਆਫੀਸਰ ਨੂੰ ਇਹ ਪ੍ਰੋਬਲਮ ਸੀ ਕਿ ਜਦੋਂ ਤੁਸੀਂ ਸਟੱਡੀ ਵੀਜ਼ਾ ਦੀ ਫਾਈਲ ਲਾਈ ਸੀ ਉਦੋਂ ਤੇ ਤੁਸੀਂ ਫਾਰਮਿੰਗ ਦਾ ਸ਼ੋਅ ਨਹੀਂ ਕੀਤਾ ਕਿ ਤੁਸੀਂ ਫਾਰਮਿੰਗ ਕਰਦੇ ਜੇ ਤੇ ਹੁਣ ਤੁਸੀਂ 2021 ਦੇ ਵਿੱਚ ਆ ਕੇ ਵਰਕ ਪਰਮਿਟ ਦੀ ਫਾਈਲ ਲਾਈ ਆ ਤੇ ਉਹਦੇ ਵਿੱਚ ਤੁਸੀਂ ਕਲੇਮ ਕਰਦੇ ਜੇ ਕਿ ਅਸੀਂ ਜੀ 2 ਜਨਵਰੀ 2019 ਤੋਂ ਆਪਣਾ ਐਕਸਪੀਰੀਅੰਸ ਜਿਹੜਾ ਵਾ ਆਪਣੀ ਫਾਰਮਿੰਗ ਕਰ ਰਹੇ ਹਾਂ ਸੋ ਉਹਨਾਂ ਨੂੰ ਇਹ ਲੱਗਦਾ ਸੀ ਕਿ ਤੁਸੀਂ ਇਹ ਹੁਣ ਕੋਈ ਬੈਨੀਫਿਟ ਲੈਣ ਵਾਸਤੇ ਤੁਸੀਂ ਇਹ ਝੂਠ ਬੋਲਿਆ ਸਾਨੂੰ ਜਿਸ ਕਰਕੇ ਉਹਨਾਂ ਨੇ ਆਪਾਂ ਨੂੰ ਪੀਐਫਐਲ ਭੇਜੀ ਸੀ ਕਿ ਇਸ ਚੀਜ਼ ਦਾ ਸਾਨੂੰ ਜਵਾਬ ਦਿਓ ਹੁਣ ਬਹੁਤ ਕੰਸਲਟੈਂਟ ਕਹਿ ਦਿੰਦੇ ਜੀ ਹਾਏ ਸਾਨੂੰ ਸਕਸੈਸ ਤੇ ਮਿਲ ਗਈ ਡਿਸਕਸ ਨਹੀਂ ਕਰ ਸਕਦੇ ਬਟ ਆਪਾਂ ਤੁਹਾਡਾ ਇਕੱਲਾ ਇਕੱਲਾ ਪੁਆਇੰਟ ਡਿਸਕਸ ਕਰਾਂਗੇ ਕਿ ਕਿਵੇਂ ਕਿਵੇਂ ਹੋਇਆ ਇਹਦੇ ਵਿੱਚ ਸਾਰਾ ਹਾਂਜੀ ਇਹਦੇ ਵਿੱਚ ਇਹ ਸੀ ਕਿ ਸਰ ਤੁਸੀਂ ਮੈਂ ਚਾਹੁੰਦਾ ਕਿ ਤੁਸੀਂ ਇਕੱਲੇ ਇਕੱਲੇ ਪੁਆਇੰਟ ਨੂੰ ਜੇ ਚਾਹੋ ਤੇ ਤੁਸੀਂ ਡਿਸਕਸ ਕਰ ਸਕਦੇ ਜੇ ਤੁਸੀਂ ਕਹੋ ਤੇ ਮੈਂ ਵੀ ਕਰ ਸਕਦਾ ਵੇਖ ਲਓ ਜੀ ਕਰੋ ਕਰੋ ਪਲੀਜ਼ ਕੰਟੀਨਿਊ ਮੈਂ ਸੁਣ ਰਿਹਾ ਇਹਦੇ 'ਚ ਨੰਬਰ 1 ਪੁਆਇੰਟ ਸੀ ਕਿ ਉਹਨੂੰ ਆਫੀਸਰ ਨੂੰ ਇਹ ਸਮਝਾਉਣਾ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਜਨਵਰੀ 2019 ਦੇ ਵਿੱਚ ਫਾਰਮਿੰਗ ਸਟਾਰਟ ਕੀਤੀ ਸੀ ਉਦੋਂ ਹੀ ਕਿਉਂ ਕੀਤੀ ਮਤਲਬ ਤੁਸੀਂ ਪਹਿਲਾਂ ਵੀ ਕਰ ਸਕਦੇ ਸੀ ਬਾਅਦ 'ਚ ਵੀ ਕਰ ਸਕਦੇ ਸੀ ਜਿਹਦਾ ਕਿ ਇਹ ਪ੍ਰੂਫ ਲਾਇਆ ਗਿਆ ਸੀ ਤੁਹਾਡੇ ਵੱਲੋਂ ਕਿ ਤੁਸੀਂ ਉਦੋਂ ਆਇਲਸ ਦਾ ਐਗਜ਼ਾਮ ਦਿੱਤਾ ਸੀ ਤੇ ਆਇਲਸ ਦਾ ਐਗਜ਼ਾਮ ਦੇ ਕੇ ਤੁਸੀਂ ਫ੍ਰੀ ਸੀ ਜਿਵੇਂ ਤੁਸੀਂ ਦੱਸਿਆ ਸੀ ਕਿ ਮੈਂ ਆਇਲਸ ਕਰ ਲਈ ਤੇ ਫਿਰ ਮੈਂ ਫ੍ਰੀ ਸੀ ਤੇ ਮੈਂ ਆਪਣੀ ਫਾਰਮਿੰਗ ਪਾਰਟ ਟਾਈਮ ਫਾਦਰ ਦੇ ਨਾਲ ਸ਼ੋਅ ਸਟਾਰਟ ਕਰਤਾ
ਹਾਂਜੀ ਉਹ ਫਾਰਮਿੰਗ ਪਾਰਟ ਟਾਈਮ ਹੋਣ ਕਰਕੇ ਜੇ ਫਾਰਮ ਤੁਹਾਡੇ ਫਾਦਰ ਦੇ ਨਾਮ ਤੇ ਸੀ ਕਿਉਂਕਿ ਉਹ ਫੁੱਲ ਟਾਈਮ ਜੌਬ ਕਰਦੇ ਸੀ ਇਹ ਵਾਲੀ ਫਾਰਮਿੰਗ ਕਰਦੇ ਸੀ ਤਾਂ ਕਰਕੇ ਅਪ੍ਰੈਲ ਦੇ ਵਿੱਚ ਜਿਹੜੇ ਆ ਉਹ ਜਿਹੜੇ ਜੇ ਫਾਰਮ ਹੈ ਜਨਰੇਟ ਨਹੀਂ ਹੋਏ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਸੋ ਨੰਬਰ 2 ਫਿਰ ਇੱਥੇ ਇੱਕ ਸੈਕਿੰਡ ਕੁਐਸਚਨ ਆਪਾਂ ਇਹ ਆਪਣੇ ਵੱਲੋਂ ਹੀ ਬਣਾ ਕੇ ਭੇਜਿਆ ਸੀ ਜਿਵੇਂ ਉਹਨਾਂ ਨੂੰ ਪੂਰਾ ਸਮਝਾਉਣ ਲਈ ਕਿ ਫਿਰ ਤੁਸੀਂ ਇਹ ਕਹੋਗੇ ਕਿ ਅਸੀਂ ਮਈ ਦੇ ਵਿੱਚ ਹੀ ਫਾਰਮਿੰਗ ਕਿਉਂ ਸਟਾਰਟ ਕੀਤੀ ਫੁੱਲ ਟਾਈਮ ਕਿਉਂ ਸਟਾਰਟ ਕੀਤੀ ਕਿਉਂਕਿ 2019 ਦੇ ਅਪ੍ਰੈਲ ਦੇ ਵਿੱਚ ਤੁਹਾਡੇ ਫਾਦਰ ਦੀ ਸਿਹਤ ਠੀਕ ਨਹੀਂ ਸੀ ਉਹਦੀਆਂ ਆਪਾਂ ਪ੍ਰੂਫ ਕੀ ਲਾਏ ਫਸਟ ਪੁਆਇੰਟ ਦਾ ਪ੍ਰੂਫ ਲਾਇਆ ਤੁਹਾਡਾ TRF ਸੈਕਿੰਡ ਦੇ ਵਿੱਚ ਤੁਹਾਡਾ ਲਾਇਆ ਤੁਹਾਡੇ ਜਿਹੜੇ ਫਾਦਰ ਦੀਆਂ ਮੈਡੀਕਲ ਰਿਪੋਰਟ ਫਿਰ ਉਸ ਤੋਂ ਬਾਅਦ ਥਰਡ ਕੁਐਸਚਨ ਬਣਾ ਕੇ ਭੇਜਿਆ ਸੀ ਕਿ ਜੇ ਜੇ ਤੁਹਾਡਾ ਜੇ ਅਸੀਂ ਇਹ ਕਲੇਮ ਕਰਦੇ ਹਾਂ ਕਿ ਅਸੀਂ ਉਦੋਂ ਮਈ ਚ ਸਟਾਰਟ ਕਰਤੀ ਤੇ ਸਾਡੇ ਕੋਲ ਪ੍ਰੂਫ ਕਿਉਂ ਨਹੀਂ ਹੈਗਾ ਕੋਈ ਫਾਰਮਿੰਗ ਦਾ ਉਹਦਾ ਇਹ ਸੀ ਕਿ ਫਾਰਮਿੰਗ ਦੇ ਵਿੱਚ ਇੱਕ ਪ੍ਰੂਫ ਹੁੰਦਾ ਮੇਨ ਜਿਹਨੂੰ ਕਹਿੰਦੇ ਜੇ ਫਾਰਮਸ ਤੇ ਜਿਹੜੇ ਜੇ ਫਾਰਮਸ ਉਦੋਂ ਜਨਰੇਟ ਹੁੰਦੇ ਆ ਜਦੋਂ ਆਪਾਂ ਜਿਹੜੀ ਆਪਣੀ ਯੀਲਡ ਹੁੰਦੀ ਜਿਹੜੀ ਆਪਣੀ ਫਸਲ ਹੁੰਦੀ ਆ ਉਹਨੂੰ ਆਪਾਂ ਮਾਰਕੀਟ ਦੇ ਵਿੱਚ ਸੈਲ ਕਰ ਦਿੰਦੇ ਜਾ ਕੇ ਤੇ ਉਹ ਸੈਲ ਕਦੋਂ ਹੋਣੀ ਸੀ ਉਹਨੂੰ ਉਹਨੂੰ ਪੂਰਾ ਉੱਥੋਂ ਤੱਕ ਉਸ ਸਟੇਜ ਤੱਕ ਪਹੁੰਚਣ ਲਈ 6 ਮਹੀਨੇ ਲੱਗਣੇ ਸੀ ਹਾਂ 5-6 ਮਹੀਨੇ ਲੱਗ ਜਾਂਦੇ ਨੇ ਤਾਂ ਕਰਕੇ ਸਾਡੇ ਕੋਲ ਜਿਹੜੇ ਜੇ ਫਾਰਮ ਆ ਉਹ ਨਵੰਬਰ 2019 ਦੇ ਜਨਰੇਟ ਹੁੰਦੇ ਆ ਉਹ ਚੀਜ਼ ਸਾਬਿਤ ਕਰਦਾ ਆ ਕਿ ਅਸੀਂ ਜਿਹੜੀ ਫਾਰਮਿੰਗ ਹੈ ਉਹ 6 ਮਹੀਨੇ ਪਹਿਲਾਂ ਹੀ ਫੁੱਲ ਟਾਈਮ ਸਟਾਰਟ ਕਰਤੀ ਸੀ ਤਾਂ ਹੀ ਉਹ ਸਾਡੇ ਨਾਂ ਤੇ ਜੇ ਫਾਰਮ ਆਏ ਉਸ ਤੋਂ ਬਾਅਦ ਲੱਕੀਲੀ ਤੁਹਾਡੀ ਕਿਸਮਤ ਲਾ ਲਓ ਵਿੱਚ ਜਾਂ ਕੁਛ ਵੀ ਲਾ ਲਓ ਕਿ ਜਿਹੜੇ ਕੰਸਲਟੈਂਟ ਨੇ ਤੁਹਾਡੀ ਫਾਈਲ ਲਾਈ ਸੀ ਜਿਨ੍ਹਾਂ ਦੇ ਸਟਾਫ ਨੇ ਬਹੁਤ ਵੱਡੇ ਕੰਸਲਟੈਂਟ ਹੈ ਜਿਨ੍ਹਾਂ ਦੇ ਹਰ ਸ਼ਹਿਰ ਦੇ ਵਿੱਚ ਕਈ ਕਈ ਆਫਿਸ ਆ ਤੇ ਉਹਨਾਂ ਨੂੰ RCIC ਨੇ 3 ਮਹੀਨੇ ਵਾਸਤੇ ਸਸਪੈਂਸ਼ਨ ਆਰਡਰ ਦਿੱਤਾ ਸਸਪੈਂਡ ਕੀਤਾ ਆ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਗੱਲ ਮੈਂ ਹੋਰ ਵੀ ਦੱਸਦਾ ਹਾਂਜੀ ਇੱਕ ਮਿੰਟ ਉਹ ਤਾਂ ਵੈਸੇ ਉਹਨਾਂ ਨੇ ਇਹ ਗੱਲ ਕਹੀ ਆ RCIC ਸਾਹਮਣੇ ਕਿ ਮੇਰੇ ਕੋਲ ਸਟਾਫ ਇੰਨਾ ਹੈ ਮੇਰੇ ਕੋਲ ਇੰਨਾ ਵੋਲੀਅਮ ਹੈ ਕੇਸਿਸ ਦਾ ਕਿ ਮੈਂ ਹੈਂਡਲ ਮੈਂ ਆਪਣੇ ਜਿਹੜਾ ਸਟਾਫ ਹੈ ਉਹਨੂੰ ਕੰਟਰੋਲ ਨਹੀਂ ਕਰ ਸਕਿਆ ਜਾਂ ਮੈਂ ਕੰਟਰੋਲ ਨਹੀਂ ਕਰ ਸਕਿਆ ਸੋ ਉਹ ਚੀਜ਼ ਨੇ ਵੀ ਤੁਹਾਡੇ ਮਤਲਬ ਉਹ ਚੀਜ਼ ਵੀ ਤੁਹਾਡੇ ਫੇਵਰ ਚ ਗਈ ਕਿਉਂਕਿ ਉਹਨਾਂ ਦੇ ਸਟਾਫ ਨੇ ਤੁਹਾਨੂੰ ਡੀਲ ਕੀਤਾ ਸੀ ਤੇ ਉਹਨਾਂ ਐਕਚੁਅਲੀ ਸਰ ਇਹ ਹੈਗਾ ਵੀ ਸੱਚ ਜੀ ਤੁਹਾਨੂੰ ਮੈਂ ਵੀ ਪਹਿਲਾਂ ਵੀ ਦੱਸਿਆ ਸੀ ਇੱਕ ਗੱਲ ਹਾਂਜੀ ਲਾਈਕ ਮੈਂ BSc ਨਾਨ ਮੈਡੀਕਲ ਕੀਤੀ BEd ਕੀਤੀ ਮੈਂ ਐਕਚੁਅਲੀ ਉਸ ਤੋਂ ਬਾਅਦ ਬਟ ਜਦੋਂ ਮੈਂ ਉਹਨਾਂ ਕੋਲ ਵੀਜ਼ਾ ਲਵਾਉਣ ਲਈ ਗਿਆ ਉਹਨਾਂ ਕਹਿੰਦੇ BEd ਹਾਈਡ ਕਰ ਦਿਓ ਜੈਨੂਇਨ ਡਿਗਰੀ ਹੈ ਜਾਲੀ ਬਣਵਾਇਆ ਮੈਥੋਂ ਕੰਪਿਊਟਰ ਸਰਟੀਫਿਕੇਟ ਉਸ ਤੋਂ ਬਾਅਦ ਮੈਨੂੰ ਕੋਰਸ ਦਿੱਤਾ ਕੰਪਿਊਟਰ ਟੈਕਨੀਸ਼ੀਅਨ ਦਾ ਮੇਰੇ ਬੈਂਡ ਰਿਕੁਆਇਰਮੈਂਟ ਸਾਰਾ ਕੁਝ ਪੂਰਾ ਕੋਈ ਗੈਪ ਨਹੀਂ ਹੈਗਾ ਗ੍ਰੈਜੂਏਸ਼ਨ ਚੋਂ ਮੇਰੇ 65% ਹੈਗੇ ਸੀ ਫਸਟ ਡਿਵੀਜ਼ਨ 'ਚ ਬਟ ਉਦੋਂ ਮੇਰੇ ਸਾਰੇ ਨਾਲ ਦਿਨ ਦੇ ਵੀਜ਼ੇ ਆ ਰਹੇ ਸੀਗੇ ਉਦੋਂ ਮੇਰਾ ਉਦੋਂ ਵੀ ਨਹੀਂ ਵੀਜ਼ਾ ਆਇਆ ਮੋਸਟਲੀ ਮੈਨੂੰ ਬਹੁਤ ਨੇ ਕਿਹਾ ਸੀ ਵੀ ਤੇਰੀ ਫਾਈਲ ਹੀ ਗਲਤ ਤਰੀਕੇ ਨਾਲ ਲੱਗੀ ਲਾਈਕ ਮੈਡੀਕਲ ਨਾਨ ਮੈਡੀਕਲ ਸਟੂਡੈਂਟ ਵਾਲਾ ਵੀ ਕੋਈ ਕੰਪਿਊਟਰ ਟੈਕਨੀਸ਼ੀਅਨ 'ਚ ਆ ਰਿਹਾ ਉਹ ਵੀਜ਼ਾ ਆਫਿਸਰ ਕਿਵੇਂ ਵੀਜ਼ਾ ਦੇਊ ਉਹਨਾਂ ਨੂੰ ਹਾਂਜੀ ਲਾਈਕ ਉਹ ਸੱਚੀ ਵੀ ਕਹਿ ਲਓ ਵੀ ਉਹਨਾਂ ਨੂੰ ਨੌਲੇਜ ਹੀ ਨਹੀਂ ਹੈਗੀ ਸੀ ਪਤਾ ਨਹੀਂ ਉਹਨਾਂ ਦਾ ਕੀ ਹਿਸਾਬ ਕਿਤਾਬ ਸੀਗਾ ਉਸ ਤੋਂ ਬਾਅਦ ਜਿਹੜੇ ਅਗਲੇ ਪੁਆਇੰਟਸ ਸੀ ਉਹਨਾਂ ਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਜਿਹੜਾ ਤੁਸੀਂ ਮਤਲਬ ਸਰ ਨੇ ਇਹ ਗੱਲ ਆਪਣੇ ਵੱਲੋਂ ਕਹੀ ਸੀ ਕਿ ਮੈਂ ਤੇ ਲੋਕਾਂ ਨੂੰ ਇਨਕਰੇਜ ਕਰਦਾ ਕਿ ਤੁਸੀਂ ਸੱਚ ਬੋਲੋ ਤੇ ਜੇ 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 ਮੇਰਾ ਕਲਾਇੰਟ ਸੱਚ ਬੋਲ ਰਿਹਾ ਹੈ ਤੇ ਤੁਸੀਂ ਉਹਨੂੰ ਉਹਨੂੰ ਉਸ ਚੀਜ਼ ਦੀ ਸਜ਼ਾ ਨਾ ਦਿਓ ਉਹਨੂੰ ਉਸ ਚੀਜ਼ ਦੀ ਪਨਿਸ਼ ਨਾ ਕਰੋ ਕਿ ਜੇ ਮੈਂ ਸੱਚ ਉਹ ਸੱਚ ਬੋਲਣ ਲਈ ਉਹਨੂੰ ਇਨਕਰੇਜ ਕੀਤਾ ਤੇ ਤੁਸੀਂ ਉਸ ਚੀਜ਼ ਦੀ ਉਲਟਾ ਨੂੰ ਸਜ਼ਾ ਦੇ ਰਹੇ ਜੋ ਸੱਚ ਇਸ ਜੋ ਜੋ ਇਸ ਫਾਈਲ 'ਚ ਗਿਆ ਵਰਕ ਪਰਮਿਟ ਦੀ ਉਹ ਸੱਚ ਹੈ ਨਾ ਕਿ ਜੋ ਸਟੱਡੀ ਪਰਮਿਟ ਦੀ ਫਾਈਲ 'ਚ ਗਿਆ ਸੋ ਬਹੁਤ ਲੋਕ ਇਸ ਕਰਕੇ ਡਰਦੇ ਆ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿਉਂਕਿ ਸਾਡੇ ਕੋਲ ਡਿਟੇਲ ਨਹੀਂ ਸੀ ਪਹਿਲਾਂ ਡਿਟੇਲਸ ਹੁੰਦੀਆਂ ਤੇ ਅਸੀਂ ਪਹਿਲਾਂ ਹੀ ਸਾਰਾ ਕੁਝ ਕਲੀਅਰ ਕਰਕੇ ਲਿਖ ਕੇ ਭੇਜ ਦਿੰਦੇ ਕਿ ਪਹਿਲੀ ਫਾਈਲ 'ਚ ਐਵੇਂ ਲਿਖਿਆ ਗਿਆ ਇਹਦੇ 'ਚ ਆ ਵਾ ਆਹੀ ਪੱਲਾ ਝਾੜ ਦਿੰਦੇ ਬਹੁਤ ਏਜੰਟ ਹੁੰਦੇ ਆ ਜੀ ਮੈਂ ਵੀ ਇੱਥੇ ਸੁਣਿਆ ਵੀ ਲਾਈਕ PFL ਤੋਂ ਬਾਅਦ ਕਹਿ ਦਿੰਦੇ ਆ ਵੀ ਹੁਣ ਸਾਡੇ ਹੱਥ ਨਹੀਂ ਹੈਗਾ ਕੁਝ ਵੀ ਹੁਣ ਤੁਸੀਂ ਆਪ ਦੇਖੋ ਜਾਂ ਕੁਝ ਵੀ ਕਰੋ ਹਾਂਜੀ ਹੁਣ ਉਹਦੇ 'ਚ ਮੈਂ ਸੁਣਨ ਵਾਲਿਆਂ ਨੂੰ ਇਹ ਵੀ ਦੱਸ ਦਵਾਂ ਕਿ ਜਿਹੜਾ ਜਿਹੜੀ ਐਪਲੀਕੇਸ਼ਨ ਤੁਹਾਡੀ ਲੱਗੀ ਆ ਪ੍ਰੈਜ਼ੈਂਟ ਜੇ ਤੁਸੀਂ ਉਹਦੇ 'ਚ ਤੁਹਾਡਾ ਕੋਈ ਫੇਕ ਡਾਕੂਮੈਂਟ ਜਾਂ ਤੁਹਾਡਾ ਝੂਠ ਫੜਿਆ ਜਾਂਦਾ ਉਹਦੇ ਲਈ ਤੁਹਾਨੂੰ ਜਿਹੜੀ IRCC ਉਹ 5 ਸਾਲ ਲਈ ਬੈਨ ਕਰ ਸਕਦੀ ਜੇ ਤੁਸੀਂ ਉਹਨਾਂ ਨੂੰ ਦੱਸ ਦਿਓ ਕਿ ਇਸ ਫਾਈਲ 'ਚ ਸੱਚ ਹੈ ਜੋ ਪਹਿਲਾਂ ਸੀ ਪਹਿਲਾਂ ਵਾਲੀ ਨੂੰ ਨਹੀਂ ਉਹ ਕੁਛ ਕਰਨਾ ਕਿਉਂਕਿ ਉਹ ਕਹਿੰਦੇ ਤੁਸੀਂ ਸੱਚ ਬੋਲਤਾ ਠੀਕ ਹੈ ਜਿੰਨੇ ਵੀ ਅੱਜ ਤੱਕ PFL ਵੇਖੇ ਮੈਂ ਉਹੀ ਆ ਕਿ ਜਿਹੜੀ ਉਹਨਾਂ ਦੀ ਪ੍ਰੈਜ਼ੈਂਟ ਫਾਈਲ ਹੁੰਦੀ ਆ ਜੇ ਉਹਦੇ ਵਿੱਚ ਤੁਸੀਂ ਕੋਈ ਮਿਸਰੈਪ ਕੀਤਾ ਆ ਜਾਂ ਕੋਈ ਫੇਕ ਡਾਕੂਮੈਂਟ ਲਾਇਆ ਤੇ ਉਹਦੇ ਲਈ ਤੁਹਾਨੂੰ ਚਾਰਜ ਬਹੁਤ ਲੋਕ ਝੂਠ ਜਿਹੜਾ ਹੁੰਦਾ ਉਹ ਇਸੇ ਕਰਕੇ ਬੋਲਦੇ ਜਾਂਦੇ ਆ ਕਿ ਅਸੀਂ ਇੱਕ ਵਾਰੀ ਬੋਲਤਾ ਆ ਤੇ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਆਫੀਸਰ ਨੂੰ ਇਹ ਕਹਿ ਸਕਦੇ ਜੇ ਕਿ ਪੁਰਾਣੀ ਫਾਈਲ 'ਚ ਜੋ ਗਲਤੀਆਂ ਆ ਉਹ ਹੋਈਆਂ ਬਟ ਜੋ ਅਸੀਂ ਇਸ ਫਾਈਲ 'ਚ ਭੇਜ ਰਹੇ ਹਾਂ ਉਹ ਸਾਰਾ ਕੁਛ ਜਿਹੜਾ ਆ ਸੱਚ ਦੂਸਰੀ ਗੱਲ ਤੁਹਾਡੀਆਂ ਪਿਕਚਰਸ ਵੀ ਐਡ ਕੀਤੀਆਂ ਗਈਆਂ ਉਹ ਵਾਲੀਆਂ ਸ਼ਾਇਦ ਉਦੋਂ ਤੁਸੀਂ ਕਲੀਅਰ ਸ਼ੋਅ ਹੁੰਦੇ ਸੀ ਕਿ ਜਿਹਦੇ 'ਚ ਇਹ ਹੋ ਰਿਹਾ ਸੀ ਕਿ ਆਪਣੇ ਖੇਤਾਂ 'ਚ ਕੰਮ ਕਰ ਰਹੇ ਜੇ ਤੇ ਤੁਹਾਡੀਆਂ ਉਸ ਪਿਕਚਰਸ ਦੇ ਨਾਲ ਅੱਜ ਦੀਆਂ ਪਿਕਚਰਸ ਐਡ ਕਰਕੇ ਭੇਜੀਆਂ ਗਈਆਂ ਕਿ ਫੇਸ ਦੇ ਵਿੱਚ ਵੇਖੋ ਕਿੰਨਾ ਚੇਂਜ ਆਇਆ ਮਤਲਬ ਉਹ ਪਿਕਚਰਸ ਇਹ ਸ਼ੋਅ ਕਰ ਰਹੀਆਂ ਵੀ ਤੁਸੀਂ ਉਸ ਟਾਈਮ ਤੇ ਵੀ ਅੱਜ ਦੇ ਸਾਲ ਪਹਿਲਾਂ ਵੀ ਆਪਣੇ ਜਿਹੜੇ ਫਾਰਮ ਦੇ ਵਿੱਚ ਜਿਹੜੀ ਉਹ ਫਾਰਮਿੰਗ ਕਰ ਰਹੇ ਸੀ ਸੋ ਸ਼ਾਇਦ ਉਹ ਸਾਰਾ ਕੁਝ ਆਪਣਾ ਕੰਮ ਕਰ ਗਿਆ
ਹਾਂ ਐਕਚੁਅਲੀ ਮੈਂ ਵੀ ਤੁਹਾਨੂੰ ਦੱਸਾਂ ਮੇਰਾ ਦਿਲ ਤਾਂ ਵੀ ਡਰ ਰਿਹਾ ਹੁੰਦਾ ਸੀ ਪਤਾ ਨਹੀਂ ਕੀ ਹੋਣਾ ਹੈ ਨਾ ਦੇਖੋ ਵੀ ਗਾਹਾਂ ਵਾਲਾ ਆਪਾਂ ਆਫਿਸਰ ਹੈਗੇ ਕੀ ਕਿਹੜੇ ਪੁਆਇੰਟ ਆਫ ਵਿਊ ਤੋਂ ਸੋਚਦਾ ਆਪਾਂ ਉਹਨੂੰ ਤਾਂ ਜਾਣਦੇ ਨਹੀਂ ਬਟ ਮੇਰੀ ਵਾਈਫ ਉਹਨਾਂ ਨੂੰ ਯਕੀਨ ਸੀ ਉਹ ਕਹਿ ਰਹੀ ਵੀ ਆਪਾਂ ਨੇ ਕੁਛ ਗਲਤ ਕੀਤੀ ਨਹੀਂ ਦੇਖੋ ਕੁਛ ਨਾ ਤਾਂ ਆਪਾਂ ਨੇ ਕੁਛ ਜਾਣ ਕੇ ਵੀ ਮਿਸਲੀਡ ਕੀਤਾ ਉਹਨਾਂ ਨੂੰ ਬਾਕੀ ਹੁਣ ਰੀਪ੍ਰੈਜੈਂਟ ਹੀ ਇੰਨਾ ਵਧੀਆ ਕਰੇ ਆਪਾਂ ਨੇ ਨਹੀਂ ਆਪਣਾ ਕਿਉਂ ਮਾੜਾ ਰਿਜ਼ਲਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ 5-5 ਸਾਲ ਲਈ ਬੈਨ ਚੱਲਦੇ ਹੋਏ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਸਪੈਸ਼ਲੀ ਜਿਨ੍ਹਾਂ ਦਾ ਰਿਲੇਸ਼ਨਸ਼ਿਪ ਜੈਨੂਇਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ 5 ਸਾਲ ਲਈ ਬੈਨ ਕੀਤਾ ਉਹ ਲੋਕ ਅੱਜ ਵੀ ਫੋਨ ਕਰਦੇ ਆ ਵਿਚਾਰੇ ਸਾਲ ਕੁ ਬਾਅਦ ਕਾਲ ਕਰ ਲੈਂਦੇ ਪੁੱਛਣ ਲਈ ਕਿ ਕੁਛ ਹੱਲ ਹੋ ਸਕਦਾ ਸਾਡੇ 3 ਸਾਲ ਹੋ ਗਏ ਆ ਹੁਣ ਸਾਡੇ 4 ਸਾਲ ਹੋ ਗਏ ਆ ਮਤਲਬ ਉਹ ਲੋਕਾਂ ਵੱਲ ਵੇਖੀਦਾ ਇਹ ਇਮੀਗ੍ਰੇਸ਼ਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਮਤਲਬ ਤੁਸੀਂ ਇਹ ਨਹੀਂ ਆਪਣੇ ਆਪ ਨੂੰ ਮੰਨ ਕੇ ਚੱਲ ਸਕਦੇ ਕਿ ਅਸੀਂ ਕੁਛ ਗਲਤ ਨਹੀਂ ਕੀਤਾ ਅਤੇ ਸਾਡੇ ਨਾਲ ਗਲਤ ਨਹੀਂ ਹੋਊਗਾ ਇੱਥੇ ਬਹੁਤ ਲੋਕਾਂ ਨਾਲ ਇਸ ਤਰ੍ਹਾਂ ਗਲਤ ਹੁੰਦਾ ਆ ਚਲੋ ਆਪਣਾ ਇਹ ਵੀ ਕਹਿ ਸਕਦੇ ਹਾਂ ਆਪਾਂ ਸਾਰਾ ਕ੍ਰੈਡਿਟ ਆਪ ਨਹੀਂ ਲੈ ਸਕਦੇ ਆਫਿਸਰ ਨੂੰ ਵੀ ਦੇ ਸਕਦੇ ਕਿ ਉਹਨੇ ਸਾਡੀ ਗੱਲ ਨੂੰ ਸਮਝਿਆ ਨਹੀਂ ਤੇ ਉਹਦੇ ਹੱਥ ਪਾਵਰ ਹੀ ਉਹ ਜੋ ਮਰਜ਼ੀ ਕਰ ਸਕਦਾ ਸੀ ਤੇ ਤੁਸੀਂ ਮੈਨੂੰ ਸ਼ਾਇਦ ਇਹ ਕੁਐਸਚਨ ਪੁੱਛਿਆ ਸੀ ਮੈਨੂੰ ਨਹੀਂ ਪਤਾ ਕਿ ਨੇਚਰ ਇਸ ਤਰੀਕੇ ਨਾਲ ਤੁਹਾਨੂੰ ਉਸ ਚੀਜ਼ ਦਾ ਜਵਾਬ ਦਊਗੀ ਸਰ ਜਿਨ੍ਹਾਂ ਨੇ 2000 ਚ ਫਾਈਲ ਲਾਈ ਉਹਨਾਂ ਦੇ ਵੀਜ਼ੇ ਤੇ ਲੱਗ ਗਏ ਮੈਨੂੰ ਇੰਨੇ ਵੱਧ ਪੈਸੇ ਖਰਚਣ ਦਾ ਕੀ ਫਾਇਦਾ ਹੋਇਆ ਤੇ ਆਹ ਫਾਇਦਾ ਅੱਜ ਆ ਦੇ ਸਾਹਮਣੇ ਜੋ 2000 ਅੱਜ ਤੁਹਾਡੀ PFL ਦੀ ਲੈਟਰ ਤੁਹਾਡੇ ਹੱਥ ਫੜਾ ਦੇਣੀ ਸੀ ਤੇ ਤੁਹਾਨੂੰ ਕਹਿਣਾ ਸੀ ਕਿ ਜੋ ਤੁਸੀਂ ਅੱਗੇ ਕਰ ਸਕਦੇ ਜੇ ਕਰ ਲਓ ਸਾਡੇ ਹੱਥ ਖੜੇ ਆ ਔਰ ਇਹ ਚੀਜ਼ ਨੇ ਕਿਉਂਕਿ ਸਾਡੇ ਆਪਣੇ ਕੇਸਿਸ ਦੇ ਵਿੱਚ ਸਾਡੀ ਇਹ ਪਹਿਲੀ PFL ਸੀ ਲੋਕਾਂ ਦੀ PFL ਅਸੀਂ ਹੈਂਡਲ ਕਰਦੇ ਪਰ ਸਾਡੇ ਜਿਹੜੇ ਆਪਣੇ ਕੇਸ ਸਾਡੇ ਲਈ ਖੁਦ ਹੀ ਬੜਾ ਮਤਲਬ ਸ਼ੌਕਿੰਗ ਸੀ ਵੀ ਸਾਡੇ ਕੇਸ 'ਚ ਅਸੀਂ ਤੇ ਲੋਕਾਂ ਨੂੰ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਕੰਮ ਕਰਦੇ ਵੀ ਸਾਡੇ ਕੇਸ 'ਚ ਕਿਵੇਂ ਹੋ ਗਿਆ ਬਟ ਉਹ ਚਲੋ ਬਾਅਦ 'ਚ ਅੱਗੇ ਜਾ ਕੇ ਪਤਾ ਲੱਗਾ ਕਿ ਉਹ ਪ੍ਰੋਬਲਮ ਕਿੱਥੇ ਸੀ ਉਹ ਵਾਕਿਆ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਗਲਤ ਭੇਜੀ ਗਈ ਸੀ ਉਸ ਟਾਈਮ 'ਤੇ ਸੋ ਤੁਹਾਡੇ ਸਵਾਲ ਦਾ ਜਵਾਬ ਵੀ ਮਿਲ ਗਿਆ ਤੇ ਤੁਹਾਡਾ ਬਹੁਤ ਮੈਂ ਸੀਰੀਅਸਲੀ ਮੈਨੂੰ 1% ਨਹੀਂ ਲੱਗੂ ਜੀ ਵੀ ਹੁਣ ਵੀ ਜਾਂ ਕੁਛ ਵੀ ਚਲੋ ਮੈਂ ਮੰਨਦਾ ਜਦੋਂ ਉਹ ਹੁੰਦਾ ਜੀ ਬੰਦੇ 100 ਕਰੇ ਦਿਮਾਗ 'ਚ ਆ ਜਾਂਦੀ ਹੈ ਜੀ ਚੀਜ਼ਾਂ ਹਾਂ ਬਾਈ ਬਹੁਤ ਬਹੁਤ ਥੈਂਕ ਯੂ ਐਕਚੁਅਲੀ ਮੇਨ ਤਾਂ ਤੁਹਾਡੀ ਕੀਤੀ ਸਰ ਮੈਂ ਤਾਂ ਇੱਕ ਜਸਟ ਤੁਸੀਂ ਨੇ ਜੋ ਮੰਗਿਆ ਉਹ ਪ੍ਰੋਵਾਈਡ ਕੀਤਾ ਮੇਨਲੀ ਤਾਂ ਤੁਹਾਡੀ ਸੀ ਸਾਰੀ ਸਟਰਗਲ ਜੋ ਵੀ ਪਿੱਛੇ ਇਹਦੇ ਰੀਜ਼ਨ ਨਹੀਂ ਭਾਜੀ ਉਹ ਤੇ ਅਸੀਂ ਉਹ ਆਪਣੀ ਲੋਡ ਨੂੰ ਕਰਨਾ ਸੀ ਉਹ ਸਾਡੀ ਜ਼ਿੰਮੇਵਾਰੀ ਸੀ ਅਸੀਂ ਆਪਣੀ ਜ਼ਿੰਮੇਵਾਰੀ ਤੁਹਾਨੂੰ ਪਤਾ ਹੀ ਅਸੀਂ ਤੇ ਮਤਲਬ ਉਹ ਕੁਝ ਦਿਨ ਤੇ ਅਸੀਂ ਰਾਤ ਨੂੰ ਨਹੀਂ ਸੁੱਤੇ ਨਾ ਕਿਸੇ ਹੋਰ ਫਾਈਲ ਤੇ ਨਹੀਂ ਮੈਂ ਦੇਖਿਆ ਭਾਜੀ ਉਹ ਤੁਹਾਡਾ ਮੇਨਲੀ ਤੁਸੀਂ ਇੰਨਾ ਬਿਜ਼ੀ ਵਿੱਚ ਵੜ ਕੇ ਡੀਪਲੀ ਕਰ ਰਹੇ ਸੀ ਤੁਸੀਂ ਮੈਨੂੰ ਤੁਹਾਡੀ ਆਵਾਜ਼ ਦੱਸਦੀ ਹੁੰਦੀ ਸੀ ਵੀ ਹਾਂ ਸੀਰੀਅਸਲੀ ਵੀ ਤੁਹਾਨੂੰ ਫਰਕ ਪੈ ਰਿਹਾ ਜੇ ਕੁਛ ਮੇਰਾ ਵੀ ਕੁਛ PFL ਦਾ ਗਲਤ ਰਿਜ਼ਲਟ ਆਉਂਦਾ ਵੀ ਹਾਂ ਤੁਹਾਨੂੰ ਫਰਕ ਪੈ ਰਿਹਾ ਇੱਕ ਹੁੰਦਾ ਵੀ ਜਨ ਨੂੰ ਆਪਾਂ ਫਾਈਲ ਲਾਈ ਇਟਸ ਓਕੇ ਉਹਦੇ ਲਈ ਨੋਰਮਲ ਗੱਲ ਹੈ ਜਿਵੇਂ ਆਪਾਂ ਪੇਸ਼ੈਂਟ ਡਾਕਟਰ ਲਈ ਕਹਿ ਦਿੰਦੇ ਹਾਂ ਵੀ ਉਹਦੇ ਲਈ ਪੇਸ਼ੈਂਟ ਦਾ ਕੇਸ ਵਿਗੜਦਾ ਕੁਛ ਵੀ ਨੋਰਮਲ ਗੱਲ ਹੁੰਦੀ ਹੈ ਬਟ ਤੁਹਾਡੇ ਲਈ ਇਹ ਨੋਰਮਲੀ ਲੱਗ ਰਿਹਾ ਵੀ ਜੇ PFL ਮੇਰੇ ਲਈ ਕੋਈ ਗਲਤ ਆਉਂਦਾ ਤੁਹਾਨੂੰ ਵੀ ਫੀਲ ਹੋ ਰਿਹਾ ਸੀ ਹਾਂ ਵੀ ਗਲਤ ਨਾ ਕੁਛ ਵੀ ਹੋ ਜਾਵੇ ਨਹੀਂ ਭਾਜੀ ਉਹ ਮੈਨੂੰ ਤੇ ਮੇਰੀ ਫੈਮਿਲੀ ਚੋਂ ਮਤਲਬ ਇਹ ਕਹਿੰਦੇ ਸੀ ਵੀ ਤੂੰ ਛੱਡ ਦੇ ਇਹ ਕੰਮ ਜੇ ਤੂੰ ਨਹੀਂ ਹੈਂਡਲ ਕਰ ਸਕਦਾ ਕਿਉਂਕਿ ਸਾਰੀ ਦੁਨੀਆ ਇਹ ਕੰਮ ਕਰਦੀ ਹੈ ਜੇ ਤੁਸੀਂ ਹਰ ਕਲਾਇੰਟ ਦੀ ਇੰਨੀ ਟੈਨਸ਼ਨ ਲੈਣ ਲੱਗੋ ਤੇ ਬਟ ਉਹ ਚੀਜ਼ ਹੁੰਦੀ ਵੀ ਉਹ ਬੰਦਾ ਆਪਣੇ ਆਪ ਨੂੰ ਇਹ ਫੀਲ ਕਰਨ ਲੱਗ ਜਾਂਦਾ ਕਿ ਸ਼ਾਇਦ ਯਾਰ ਜੇ ਆਪਾਂ ਐਂ ਕਰ ਦਿੰਦੇ ਤੇ ਇਸ ਤਰ੍ਹਾਂ ਹੋ ਜਾਂਦਾ ਜੇ ਕੋਈ ਬਚ ਜਾਂਦਾ 5 ਸਾਲ ਬੜੇ ਹੁੰਦੇ ਆ 5 ਸਾਲ ਨਾ ਤੁਹਾਡੇ ਵਾਈਫ PR ਫਾਈਲ ਕਰ ਬਹੁਤ ਭਾਈ ਬਸ ਉਧਰ ਕੈਂਡ ਵਾਲਾ ਕੈਰੀਅਰ ਤਾਂ ਖਤਮ ਸੀ ਮੰਨ ਕੇ ਚੱਲੋ ਤੁਸੀਂ ਵੀ ਜੇ ਉਹ ਹੁੰਦਾ ਵੀ ਮੁੜ ਕੇ 5 ਸਾਲ ਬਾਅਦ ਉੱਥੇ ਟਰਾਈ ਕਰਨਾ ਉਹਦਾ ਕੋਈ ਸੈਂਸ ਨਹੀਂ ਰਹਿ ਜਾਂਦੀ ਪਹਿਲੀ ਐਕਚੁਅਲੀ 2.5-3 ਸਾਲ ਵੇਟ ਕੀਤਾ ਰਿਲੇਸ਼ਨ ਨੂੰ 5-6 ਸਾਲ ਹੋ ਗਈ ਐਕਚੁਅਲੀ ਇੰਨੀ ਵੇਟ ਪਹਿਲਾਂ ਕਰਕੇ ਅਲੱਗ ਰਹਿ ਰਿਹਾ ਹੁਣ ਹੋਰ ਤਾਂ ਨਹੀਂ ਫਿਰ 5 ਸਾਲ ਐਵੇਂ ਕੁਛ ਅਲੱਗ ਰਹਿਣ ਦਾ ਸੋਚਿਆ ਨਾ ਫਿਰ ਤਾਂ ਖਤਮ ਹੀ ਸੀ ਇੱਕ ਤਰ੍ਹਾਂ ਦਾ ਜੇ ਕੁਛ ਵੀ ਗਲਤ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਤੁਹਾਨੂੰ ਮੈਂ ਕਿਹਾ ਇੱਕ ਮਿੰਟ ਸਰ ਜਿਹੜੀ ਚੀਜ਼ ਦਾ ਮੈਂ ਮਤਲਬ ਇਹ ਨਹੀਂ ਕਿ ਮੈਂ ਸਰ ਨਾਲ ਕੰਮ ਕਰਦਾ ਤੇ ਮੈਂ ਕੋਈ ਤਾਰੀਫ ਕਰੂੰ ਹਰ ਬੰਦਾ ਆਪਣੇ ਗੁਰੂ ਦੀ ਤਾਰੀਫ ਆਪਣੇ ਇੰਪਲੋਇਰ ਦੀ ਨਾ ਤਾਰੀਫ ਸੀਨੀਅਰ ਦੀ ਕਰਦਾ ਹੀ ਆ ਬਟ ਮੈਂ ਇੱਕ ਚੀਜ਼ ਗੱਲ ਕਰ ਦਿੰਦਾ ਕਿ ਤੁਸੀਂ ਲੈਟਰ ਵੇਖੀ ਲੈਟਰ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਪੁਰਾਣੇ ਕੰਸਲਟੈਂਟ ਦੀਆਂ ਡੀਟੇਲਸ ਵੀ ਆ ਸਾਰਾ ਕੁਛ ਆ ਉਹ ਚੀਜ਼ ਨਹੀਂ ਦਿਖਾ ਸਕਦੇ ਬਟ ਤੁਸੀਂ ਲੈਟਰ ਵੀ ਵੇਖੀ ਸੀ ਕਿ ਇੱਕ ਆਫਿਸਰ ਨੂੰ ਪਤਾ ਲੱਗਦਾ ਸੀ ਕਿ ਇਹ ਕਿਸੇ ਮਜੇ ਹੋਏ ਬੰਦੇ ਦੀ ਕਿਸੇ ਮਚੋਰ ਬੰਦੇ ਦੀ ਇਹ ਲਿਖੀ ਹੋਈ ਹੈ ਕਿ ਥੋੜੇ ਸ਼ਬਦਾਂ ਵਿੱਚ ਇਹਨੂੰ ਪ੍ਰੋਪਰ ਸਮਝਾਉਣਾ ਕਿ ਇਹ ਕਿਵੇਂ ਹੋਇਆ ਸਾਰਾ ਕੁਛ ਤੈਨੂੰ ਕੀ ਸਹੀ ਹੋਊ ਤੇ ਕੀ ਗਲਤ ਹੋਊਗਾ ਅੱਗੇ ਜਾ ਕੇ ਮੈਂ ਸੁਣ ਉਹੀ ਕਹਿ ਵੀ ਲਾਈਕ ਜਦੋਂ ਮੇਰੀ ਵਾਈਫ ਨੂੰ ਸਾਰਾ ਪੜ੍ਹਿਆ ਜਿਹੜਾ ਕੁਛ ਲੱਗਿਆ ਮੇਰਾ ਤਾਂ ਥੋੜ੍ਹਾ ਦਿਮਾਗ ਜ਼ਿਆਦਾ ਨੈਗੇਟਿਵ ਚੱਲ ਰਿਹਾ ਸੀ ਇਹ ਸਾਰਾ ਕੁਛ ਦੇਖ ਕੇ ਲਾਈਕ ਜਿਵੇਂ ਕਹਿ ਰਹੇ ਨੇ ਵੀ ਸੁਣ ਹੋ ਜਾਣਾ ਦਿਮਾਗ ਬਟ ਉਹਨਾਂ ਨੂੰ ਐਂ ਹੋ ਰਿਹਾ ਸੀ ਵੀ ਇੰਨਾ ਜਸਟੀਫਾਈ ਕਲੀਅਰ ਹੋ ਗਿਆ ਵੀ ਕੌਣ ਜੇ ਕੋਈ ਉਈ ਕੋਈ ਜ਼ਿਆਦਾ ਖਲੂਸ ਹੋਊਗਾ ਜਿਹੜਾ ਆਫਿਸਰ ਹੈ ਫਿਰ ਤਾਂ ਕੁਛ ਹੋ ਜੇ ਨਹੀਂ ਅਦਰਵਾਈਜ਼ ਉਹ ਸਮਝੂ ਇਹ ਗੱਲ ਨੂੰ ਵੀ ਜਿਹੜੇ ਹਿਸਾਬ ਨਾਲ ਆਪਾਂ ਐਕਸਪਲੇਨ ਕੀਤਾ ਸੀ ਸਾਰਾ ਕਲੀਅਰ ਕਰਿਆ ਇਕੱਲਾ ਇਕੱਲਾ ਪੁਆਇੰਟ ਐਕਸਪਲੇਨ ਕਰਤਾ ਬਾਕੀ ਸਾਰੇ ਪ੍ਰੂਫਸ ਆਪਾਂ ਜੈਨੂਅਨ ਲਾਏ ਨੇ ਜਿਹੜੇ ਉਸ ਤੋਂ ਬਾਅਦ ਵੀ ਲਾਏ ਨੇ ਮੈਨੂੰ ਤੇ ਤੁਸੀਂ ਦੱਸ ਦੋ ਕਿ ਤੁਹਾਨੂੰ ਕੀ ਲੱਗਦਾ ਆ ਕਿ ਇਹ ਅਪਰੂਵ ਹੋ ਜਾਊਗਾ ਕੇਸ ਜਾਂ ਕੀ ਹੋਊਗਾ ਤੇ ਸਰ ਕਿਉਂਕਿ ਹਰ ਬੰਦਾ ਡਰਦਾ ਵੀ ਕਹਿੰਦੇ ਮੈਨੂੰ ਲੱਗਦਾ ਆ ਵੀ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ
ਹਾਂਜੀ ਥੈਂਕ ਯੂ ਬਾਜੀ ਮੈਂ ਮੈਂ ਬਾਜੀ ਪੱਕਾ ਮਿਲ ਕੇ ਜਾਊਂ ਸੋਨੂੰ ਤੇ ਸਰ ਨੂੰ ਜਦੋਂ ਤੁਸੀਂ ਕੈਲੀਗਰੀ ਹੋਏ ਜਦੋਂ ਵੀ ਤੁਸੀਂ ਕਹੋਗੇ ਮੇਰਾ ਐਕਚੁਅਲੀ ਬ੍ਰਦਰ ਰਹਿੰਦਾ ਇੱਥੇ ਕੈਲੀਗਰੀ ਕਜ਼ਨ ਹੈ ਮੇਰਾ ਤੇ ਮੈਂ ਜਦੋਂ ਵੀ ਉਹਦੇ ਕੋਲ ਆਇਆ ਮੈਂ ਪੱਕਾ ਮੈਂ ਤੁਹਾਡੇ ਕੋਲ ਪੱਕਾ ਆ ਕੇ ਤੁਹਾਨੂੰ ਮਿਲ ਕੇ ਜਾਊਂਗਾ ਮੈਂ ਜਦੋਂ ਵੀ ਮੇਰਾ ਗੇੜਾ ਲੱਗਦਾ ਇੱਧਰ ਸਰ ਨੂੰ ਵੀ ਉੱਥੇ ਪੱਕਾ ਹੀ ਮਿਲ ਕੇ ਜਾਊਂਗਾ ਇੱਕ ਚੀਜ਼ ਜੋ ਮੇਰੇ ਖਿਆਲ ਹੈ ਸੁਖਮਨ ਅਸੀਂ ਜੋ ਇਸ ਕੇਸ ਤੋਂ ਸਿੱਖ ਰਹੇ ਹਾਂ ਹਰੇਕ ਕੇਸ ਤੋਂ ਕੁਛ ਨਵੀਂ ਗੱਲ ਸਿੱਖਦੇ ਹਾਂ ਕਿ ਕੋਈ ਵੀ ਕਲਾਇੰਟ ਜੇ ਸਾਡੇ ਕੋਲ ਆਉਂਦਾ ਨਾ ਕਿ ਵੀ ਤੁਸੀਂ ਸਾਡੀ ਫਾਈਲ ਲਾ ਦਿਓ ਅਸੀਂ ਸਾਨੂੰ ਇਹ ਪਤਾ ਹੈ ਕਿ ਇਹ ਦੋ ਵਾਰ ਤਿੰਨ ਵਾਰ ਪਹਿਲਾਂ ਰਿਫਿਊਜ਼ ਹੋ ਚੁੱਕਿਆ ਰਾਈਟ ਦੋ ਵਾਰ ਪਹਿਲਾਂ ਹੈਲੋ ਅਸੀਂ ਐਕਚੁਲੀ ਇੱਕ ਚੀਜ਼ ਨਹੀਂ ਦੇਖੀ ਸੀ ਕਿ ਵੀ ਉਸ ਪੁਰਾਣੀ ਫਾਈਲ ਵਿੱਚ ਇਹਨਾਂ ਨੇ ਕੀ ਜਿਹੜੇ ਪੁਰਾਣੇ ਕੰਸਲਟੈਂਟ ਨੇ ਕੀ ਪਾਇਆ ਹੈ ਨਹੀਂ ਸਰ ਉਹ ਚੀਜ਼ ਉਦੋਂ ਆਪਾਂ ਨੂੰ ਪ੍ਰੋਵਾਈਡ ਨਹੀਂ ਸੀ ਕਰ ਸਕੇ ਸ਼ਾਇਦ ਇਹਨਾਂ ਦੇ ਉਧਰੋਂ ਨਹੀਂ ਸੀ ਆਈ ਜਾਂ ਕੋਈ ਪ੍ਰੋਬਲਮ ਹੋਈ ਸੀ ਨਹੀਂ ਤੇ ਆਪਾਂ ਅਦਰਵਾਈਜ਼ ਸਾਰਿਆਂ ਨੂੰ ਪੁੱਛਦੇ ਹੁੰਦੇ ਆ ਮਤਲਬ ਇਹਦੇ 'ਚ ਇਹ ਆ ਕਿ ਹੁਣ ਅਸੀਂ ਇਹ ਜਿਹੜੀ ਮੇਨ ਚੀਜ਼ ਕਿ ਅਸੀਂ ਕਿਸੇ ਨੂੰ ਕਹਿ ਦਿੰਦੇ ਕਿ ਤੁਸੀਂ ਕੇਸ ਨੋਟ ਕਰਕੇ ਆਪਣੀ ਫਾਈਲ ਮੰਗਵਾ ਲਓ ਕਾਹਲੀ ਨਾ ਕਰੋ 2 ਮਹੀਨੇ ਫਾਈਲ ਲੇਟ ਲੱਗ ਜੂਗੀ ਪਹਿਲਾਂ ਤੁਹਾਡੇ ਤੁਹਾਡੇ ਕੋਲ ਆ ਜਾਣ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਪੁਰਾਣੇ ਕੋਲ ਮੈਂ ਇਹ ਚੀਜ਼ ਮੰਨਦਾ ਕਿ ਇਹ ਨਹੀਂ ਆ ਕਿ ਤੁਹਾਡੇ ਕੇਸ 'ਚ ਉਹਨਾਂ ਨੇ ਤੁਹਾਡੇ ਕੇਸ 'ਚ ਹੀ ਗਲਤ ਸੀ ਇਹ ਲੋਕ ਹੋਰ ਕੇਸਿਸ 'ਚ ਵੀ ਜਾਂਦਾ ਹੋਊਗਾ ਬਟ ਉਹ ਕੀ ਕਹਿੰਦੇ ਹੁੰਦੇ ਕੋਈ ਇੱਕ ਅੱਧਾ ਬੰਦਾ ਜਿਹੜਾ ਹੁੰਦਾ ਨਾ ਉਹ ਆ ਜਾਂਦਾ ਟ੍ਰੈਪ ਦੇ ਵਿੱਚ ਕਿ ਉਹ ਵੇਖ ਲੈਂਦੇ ਆ ਇਹ ਨਹੀਂ ਕਿ ਦੂਸਰਿਆਂ ਸਾਰਿਆਂ ਦੀ ਉਸ ਮੈਚ ਹੁੰਦੀ ਹੋਊਗੀ ਦੂਸਰਿਆਂ ਦੀ ਵੀ ਨਹੀਂ ਮੈਚ ਹੁੰਦੀ ਪਰ ਇਹ ਤੁਹਾਡੇ ਕੇਸ ਤੋਂ ਹੀ ਇਹ ਸਿੱਖ ਲਿਆ ਕਿ ਫਾਈਲ ਨਾ ਲਾਉਣੀ ਸਾਨੂੰ ਮਨਜ਼ੂਰ ਆ ਪਰ ਜਦੋਂ ਤੱਕ ਸਾਡੇ ਕੋਲ ਪੁਰਾਣੀ ਫਾਈਲ ਨਹੀਂ ਆਉਂਦੀ ਅਸੀਂ ਉਹਨਾਂ ਦੀ ਨਵੀਂ ਫਾਈਲ ਜਿਹੜੀ ਉਹ ਨਹੀਂ ਹਾਂਜੀ ਜਿਵੇਂ ਆਪਾਂ ਕਹਿੰਦੇ ਪੱਕੇ ਪੈਰੀ ਕੰਮ ਕਰਨਾ ਚਾਹੀਦਾ ਕੁਝ ਵੀ ਹੈਗਾ ਜੀ ਕਈ ਵਾਰ ਫਿਰ ਆਪਾਂ ਨੂੰ ਨਤੀਜੇ ਗਲਤ ਮਿਲਦਾ ਹਾਂਜੀ ਕਿਉਂਕਿ ਜੇ ਹੁਣ ਦੇਖੋ ਜੇ ਰਿਫਿਊਜ਼ ਹੋ ਜਾਂਦਾ ਬੈਨ ਲੱਗ ਜਾਂਦਾ ਕੁਛ ਵੀ ਹੋ ਜਾਂਦਾ ਤੁਹਾਡੇ ਮਨ ਚ ਕਿਤੇ ਨਾ ਕਿਤੇ ਟੀਸ ਰਹਿਣੀ ਸੀ ਕਿ ਸ਼ਾਇਦ ਇਧਰੋਂ ਕੋਈ ਕਮੀ ਰਹਿ ਗਈ ਜਾਂ ਕੁਛ ਵੀ ਹਾਂ ਫਿਰ ਤਾਂ ਜਦੋਂ ਕੁਛ ਕੰਮ ਬਣਦਾ ਨੀ ਬੰਦਾ 100% ਗਲਤੀ ਦਿਮਾਗ ਨਾਲ ਸੋਚਦਾ ਫਿਰ ਤਾਂ ਸਹੀ ਦਿਮਾਗ ਨਾਲ ਸੋਚਦੀ ਐਕਚੁਅਲੀ ਮੈਨੂੰ ਸਰ ਰਿਫਿਊਜ਼ਲ ਦਾ ਵੀ ਨਹੀਂ ਇਸ਼ੂ ਕਿਤੇ ਮੈਨੂੰ ਕਿਉਂਕਿ ਐਕਚੁਅਲੀ ਉਹਨਾਂ ਦੀ ਪੂਲ ਚ ਪਾਈ ਹੋਈ ਸੀਗੀ ਫਾਈਲ ਵੀ ਚਲੋ ਉਹਨਾਂ ਦੇ ਡਰਾਅ ਚ ਆ ਜਾਣਾ ਵੀ 5-4 ਮਹੀਨੇ ਚਲੋ ਹੋਰ ਸੀ ਇੰਨੀ ਵੇਟ ਕੀਤੀ ਬਸ ਮੈਨੂੰ ਐਂ ਸੀ ਵੀ PFL ਦਾ ਬਾਹਲਾ ਹੀ ਜ਼ਿਆਦਾ ਡਰਾ ਰਿਹਾ ਸੀਗਾ ਇਹ ਕਿਸੇ ਨਾਲ ਹੁੰਦਾ ਵੀ ਨਹੀਂ ਆਪਣੇ ਮੈਂ ਤਾਂ ਆਪਣੀ ਮਤਲਬ ਜਿਵੇਂ ਫਰੈਂਡਸ ਹੈਗੇ ਨੇ ਕੋਈ ਰਿਸ਼ਤੇਦਾਰ ਹੈਗੇ ਨੇ ਉਹਨਾਂ ਨੇ ਕਿਸੇ ਨਾਲ ਸੁਣੀ ਵੀ ਨਹੀਂ ਇਹ ਚੀਜ਼ ਐਕਚੁਅਲੀ ਦੱਸਿਆ ਵੀ ਨਹੀਂ ਮੈਂ ਕਿਸੇ ਨੂੰ ਚਲੋ ਮੈਨੂੰ ਲੱਗਾ ਕਿ ਹੁਣ ਮੈਂ ਮਤਲਬ ਆਪਾਂ ਕੀ ਕਰੀਏ ਕੀ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਆਪਾਂ ਨੂੰ ਤੁਹਾਨੂੰ ਪਤਾ 4-5 ਦਿਨ ਤੇ ਆਪਾਂ ਨੂੰ ਇਹ ਡਿਸਾਈਡ ਕਰਨ ਤੇ ਲੱਗ ਗਏ ਸੀ ਕਿ ਇਹਨੂੰ ਕਿਵੇਂ ਕੀਤਾ ਜਾਵੇ ਕਿਹੜੇ ਕਿਹੜੇ ਪ੍ਰੂਫ ਇਕੱਠੇ ਕੀਤੇ ਜਾਣ ਸੋ ਮਤਲਬ ਬਹੁਤ ਕੁਛ ਤੁਹਾਡੇ ਕੇਸ ਤੋਂ ਕੀ ਕਹਿੰਦੇ ਨਾ ਬੰਦਾ ਹਰ ਬੰਦਾ ਕੁਛ ਨਾ ਕੁਛ ਸਿੱਖਦਾ ਰਹਿੰਦਾ ਭਾਵੇਂ ਜਿੰਨਾ ਚਿਰ ਮਰਜ਼ੀ ਉਹ ਕੰਮ ਕਰਦਾ ਰਹੇ ਪਰ ਉਹ ਤੁਹਾਡੇ ਕੇਸ ਤੋਂ ਵੀ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਕਿ ਇਹ ਸਾਰਾ ਕੁਛ ਕਿਵੇਂ ਕੀਤਾ ਜਾ ਸਕਦਾ ਸੋ ਇਹ ਮੈਨੂੰ ਬਸ ਐ ਹੋਇਆ ਵੀ ਆਹ ਜਿੱਤੇ ਵੀ ਆਪਾਂ ਬਲੀਵ ਕਰਦੇ ਹਾਂ ਵਿਸ਼ਵਾਸ ਰੱਖਣਾ ਚਾਹੀਦਾ ਜਿਵੇਂ ਰੱਬ ਤੇ ਵੀ ਰੱਖਣਾ ਚਾਹੀਦਾ ਵੀ ਹਿੰਮਤ ਨਹੀਂ ਅੱਜ ਤੁਸੀਂ ਮੈਨੂੰ ਦੱਸਿਆ ਵੀ ਤੁਸੀਂ ਜਦੋਂ ਕਿਹਾ ਸੀਗਾ ਵੀ ਇਹਨੂੰ ਵੀ ਦਿਲ ਨਾਲ ਸਿੱਟੋ ਇੱਕ ਤਰ੍ਹਾਂ ਦਾ ਵੀ ਆਪਾਂ ਇਹਨੂੰ ਚੈਲੰਜ ਦੀ ਤਰ੍ਹਾਂ ਲੈਣਾ ਹਾਂਜੀ ਕਿਉਂਕਿ ਉਸ ਟਾਈਮ ਤੇ ਜਾਨ ਇਹ ਹੀ ਹੁੰਦਾ ਕਿ ਤਾਂ ਮੈਂ ਦੋ ਗੱਲਾਂ ਗਈਆਂ ਹੈਗੀਆਂ ਇੱਕ ਹੁਣ ਜੋ ਆਪਣੇ ਕੰਟਰੋਲ 'ਚ ਨਹੀਂ ਹਨਾ ਆਪਾਂ ਨੂੰ ਜੋ ਕਰਨਾ ਆਪਾਂ ਨੂੰ ਚੈਲੰਜ ਦੀ ਤਰ੍ਹਾਂ ਲੈ ਕੇ ਕਰਨਾ ਪੈਣਾ ਇੱਕ ਆਪਾਂ ਨੂੰ ਬਲੇਮ ਗੇਮ ਨਹੀਂ ਕਰਨੀ ਪੈਣੀ ਵੀ ਆਪਾਂ ਤੁਸੀਂ ਕਹੋਗੇ ਇਹ ਤੁਸੀਂ ਨਹੀਂ ਲਿਖਿਆ ਮੈਂ ਤੁਹਾਨੂੰ ਕਹਾਂ ਤੁਸੀਂ ਮੈਨੂੰ ਫਾਈਲ ਨਹੀਂ ਦਿੱਤੀ ਇਹ ਬਾਅਦ ਦੀਆਂ ਗੱਲਾਂ ਆ ਬਸ ਹਜੇ ਆਪਾਂ ਇਸ ਚੀਜ਼ ਨੂੰ ਜਿਹੜਾ ਵਾ ਉਹ ਵੇਖਣਾ ਹੈ ਕਿ ਇਹਨੂੰ ਕਿਵੇਂ ਸੌਰਟ ਆਊਟ ਕੀਤਾ ਜਾ ਸਕਦਾ ਸੋ ਤੁਹਾਡੇ ਕੋਲ ਪ੍ਰੂਫ ਵਧੀਆ ਸੀ ਇੱਕ ਤੁਹਾਡਾ ਲੱਕ ਨੇ ਵੀ ਕੰਮ ਕੀਤਾ ਕਿ ਜਿੱਥੇ ਉਹ ਉਸੇ ਕੰਸਲਟੈਂਟ ਨੂੰ ਉਸ ਚੀਜ਼ ਲਈ ਚਾਰਜ ਕੀਤਾ ਗਿਆ ਜੇ ਜਿਸ ਕਰਕੇ ਤੁਹਾਡੀ ਜਿਹੜੀ ਆ ਉਹ ਰੋਂਗ ਇਨਫੋਰਮੇਸ਼ਨ ਗਈ ਸੋ ਉਹ ਸਾਰਾ ਕੁਛ ਤੁਹਾਡੇ ਫੇਵਰ 'ਚ ਚਲਾ ਗਿਆ ਅਤੇ ਮੈਨੂੰ ਲੱਗਦਾ ਕਿ ਔਫਿਸਰ ਨੂੰ ਕੋਈ ਜ਼ਿਆਦਾ ਕਨਫਿਊਜ਼ਨ ਹੋਈ ਵੀ ਨਹੀਂ ਹੋਣੀ ਉਹ ਸੈਟਿਸਫਾਈ ਹੋ ਗਿਆ ਤਾਂ ਹੀ 6 ਦਿਨ ਦੇ ਵਿੱਚ ਜਿਹੜਾ ਤੁਹਾਡਾ ਉਹ ਮੈਡੀਕਲ ਆ ਗਿਆ ਸੀ ਉਸ ਦਿਨ ਹਾਂਜੀ ਮੈਨੂੰ ਪਤਾ ਕਿੰਨਾ ਖੁਸ਼ੀ ਲਿਆ ਮੈਂ ਉਹਨਾਂ ਨੂੰ ਉੱਪਰ ਬਹਿ ਕੇ ਦੱਸਦਾ ਮੈਂ ਤਾਂ ਪਹਿਲਾਂ ਤੁਸੀਂ ਆਪਣੀ ਵਾਈਫ ਨੂੰ ਕਹੋਗੇ ਜਿਹੜੇ ਫਰੈਂਡਸ ਬੈਠੇ ਆਪਣੀ ਵਾਈਫ ਨੂੰ ਕਾਲ ਕਰ ਲਓ ਆਪਣੀ ਵਾਈਫ ਨੂੰ ਕਾਲ ਕਰ ਲਓ ਦੱਸ ਦਿਓ ਉਹਨਾਂ ਨੂੰ ਅੱਛਾ ਮਤਲਬ ਇੱਥੇ ਐਡ ਕਰਨੇ ਸਰ ਕੋਈ ਮਤਲਬ ਨਹੀਂ ਨਹੀਂ ਤੁਸੀਂ ਮੈਂ ਤੁਹਾਨੂੰ ਤੁਸੀਂ ਅਜੇ ਦੱਸਿਓ ਹੋਣਾ ਉਹਨਾਂ ਨੂੰ ਉਹ ਮੈਂ ਤੁਹਾਨੂੰ ਕਾਲ ਕਰਦਾ ਇਸ ਕਾਲ ਤੋਂ ਬਾਅਦ ਚ ਹੁਣ ਇਹ ਕਾਲ ਨੂੰ ਆਪਾਂ ਇੱਥੇ ਖਤਮ ਕਰ ਦੇਣਾ ਹੈ ਤੇ ਇਦਾਂ ਮੈਂ ਤੁਹਾਡਾ ਥੈਂਕ ਯੂ ਇਸ ਲਈ ਕਰੂੰਗਾ ਕਿ ਤੁਸੀਂ ਉਸ ਟਾਈਮ ਤੁਸੀਂ ਵੀ ਬੜੇ ਮਤਲਬ ਸਾਡੇ ਤੇ ਫਿਰ ਵੀ ਟਰਸਟ ਕੀਤਾ ਨਹੀਂ ਤੇ ਬਹੁਤ ਲੋਕ ਇਸ ਚੀਜ਼ ਨੂੰ ਕਹਿੰਦੇ ਕਿ ਪਹਿਲੋਂ ਕੰਸਲਟੈਂਟ ਨਾਲ ਲੜੋ ਜਾ ਕੇ ਪਹਿਲੋਂ ਵੀ ਉਹ ਹੋ ਕਿਵੇਂ ਗਿਆ ਉਹਨੂੰ ਕਰੋ ਹਾਂ ਜੀ ਲੜਾਈ ਤਾਂ ਕੋਈ ਹੱਲ ਵੀ ਨਹੀਂ ਵੈਸੇ ਜੀ ਦੇਖਿਆ ਵੀ ਕਿੱਡੀ ਵੀ ਪ੍ਰੋਬਲਮ ਹੈ ਜੀ ਆਪਾਂ ਨੂੰ ਲੜਾਈ ਤਾਂ ਕੋਈ ਹੱਲ ਵੀ ਨਹੀਂ ਰਹਿੰਦਾ ਐਕਚੁਅਲੀ ਹੱਥ ਸੋਡੇ ਵੀ ਆ ਸੋਡੇ ਨਾਲ ਲੜ ਕੇ ਫਿਰ ਜਾਵਾਂਗੇ ਵੀ ਕਿੱਥੇ ਜੀ ਨਹੀਂ 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 ਉਹ ਤੇ ਨਹੀਂ ਬਸ ਇਹਦੇ ਚ ਇਹ ਹੀ ਨਾ ਕਿ ਉਹ ਜਿਹੜੇ ਬੰਦੇ ਨੇ ਗਲਤੀ ਕੀਤੀ ਉਹਦੇ ਸਾਈਡ ਤੇ ਹੋ ਗਿਆ ਤੇ ਉਹ
ਪ੍ਰੋਬਲਮ ਆਪਾਂ ਦੋਵਾਂ ਚ ਕ੍ਰੀਏਟ ਹੋ ਜਾਣੀ ਸੀ ਕਿ ਉਹ ਤੁਸੀਂ ਕਹਿਣਾ ਸੀ ਉਹ ਚੀਜ਼ ਜਿੱਥੋਂ ਉਹ ਚੀਜ਼ ਨੂੰ ਕ੍ਰੀਏਟ ਕੀਤਾ ਜਿੱਥੋਂ ਰੋਂਗ ਇਨਫੋਰਮੇਸ਼ਨ ਗਈ ਉਹ ਬੰਦੇ ਕਰਕੇ ਪਾਸੇ ਵੀ ਹੋ ਗਏ ਪਤਾ ਨਹੀਂ ਉਹ ਜੋਬ ਤੇ ਹੋਣੇ ਵੀ ਆ ਉਹ ਚਲੇ ਗਏ ਅੱਗੇ ਕਿਸੇ ਤਾਂ ਹੀ ਇਹ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਨਾ ਇਹ ਇਹ ਸਿਰਫ ਪੀਡੀਐਫ ਬਣਾਉਣਾ ਜਾਂ ਫਾਰਮ ਫਿਲ ਕਰਨਾ ਨਹੀਂ ਹੁੰਦਾ ਇਸ ਤੋਂ ਇਹ ਤੇ ਸਿਰਫ ਬੇਸਿਕਸ ਹੁੰਦੇ ਆ ਇਹਦੇ ਵਿੱਚ ਬਟ ਤੁਹਾਨੂੰ ਜਿਹੜਾ ਕੀ ਕਹਿੰਦੇ ਤੁਹਾਡੀ ਰਾਤਾਂ ਦੀ ਨੀਂਦ ਜਿਹੜੀ ਆ ਉਹ ਵੀ ਆਰਾਮ ਕਰ ਸਕਦਾ ਕਿਉਂਕਿ ਮੈਨੂੰ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਆਈ ਨਹੀਂ ਸੀਰੀਅਸ ਬਾਈ ਮੈਨੂੰ ਐਕਚੁਅਲੀ ਜਿੱਦਣ ਮੈਡੀਕਲ ਰਿਕੁਐਸਟ ਆਈ ਉਦਣ ਵੀ ਨਹੀਂ ਆਈ ਉਦਣ ਜ਼ਿਆਦਾ ਪੋਜ਼ਿਟਿਵ ਸੋਚ ਰਿਹਾ ਸੀ ਕੁਛ ਮੈਂ ਵੀ ਲਾਈਕ ਸਭ ਨੂੰ ਮੈਡੀਕਲ ਆਉਂਦੇ ਆ ਜਦੋਂ ਉਹ ਪੀਐਫਐਲ ਆ ਉਦੋਂ ਆਇਆ ਉਦੋਂ ਦਾ ਦੋ ਤਿੰਨ ਦਿਨ ਨਹੀਂ ਮੈਨੂੰ ਨੀਂਦ ਆਈ ਐ ਹੋ ਗਿਆ ਸੀ ਸਾਰਾ ਕਰਦੇ ਹੋਈ ਜਾਂਦੇ ਵੀ ਚੱਲ ਐਡੀ ਵੀ ਕੀ ਗੱਲ ਹੈ ਵੀ ਇੱਥੇ ਵੀ ਚੱਲ ਆਪਣੇ ਕੋਲੇ ਕਿਹੜਾ ਕੁਛ ਆਏ ਆ ਵੀ ਤਾਂ ਕੀ ਹੈ ਉਹ ਕਰਦੇ ਚੱਲ ਕੁਝ ਵਿਚਾਰੇ ਪਰ ਪਤਾ ਕਰਦਿਆਂ ਨੂੰ ਵੀ ਹੁੰਦਾ ਕਿ ਹੁਣ ਕੀ ਕਿਵੇਂ ਹੋਣਾ ਸਾਰਾ ਹਾਂਜੀ ਹਾਂ ਹੁੰਦਾ ਤਾਂ ਹੈਗਾ ਵੀ ਚਲੋ ਆਪਾਂ ਕੁਛ ਐ ਵੀ ਨੇ ਇਧਰ ਹੁਣ ਚੱਲ ਬੜੇ ਜਿੰਨਾ ਵੀ ਹੋਇਆ ਇਧਰ ਵੀ ਨਹੀਂ ਕੁਛ ਕੰਟੀਨਿਊ ਕੀਤਾ ਵੀ ਲਾਈਕ ਹੁੰਦਾ ਵੀ ਇਧਰ ਹੀ ਆਪਦਾ ਕੰਟੀਨਿਊ ਇਧਰ ਕੁਛ ਹੁੰਦਾ ਸਟੇਬਲ ਹੋਊਗੀ ਲਾਈਫ ਇਧਰ ਵੀ ਠੀਕ ਹੈ ਬਟ ਉਧਰ ਹੀ ਆਪਾਂ 5-6 ਸਾਲ ਤੋਂ ਝਾਕ ਰੱਖ ਰਹੇ ਹਾਂ ਹਨਾ ਮੈਨੂੰ ਤੇ ਕਿਉਂਕਿ ਉਹਦੇ ਚ ਆਪਾਂ ਇਹ ਲਿਖਿਆ ਸੀ ਲੈਟਰ ਦੇ ਵਿੱਚ ਕਿ ਜਿਹੜੀ ਸਰ ਵਾਲੀ ਲੈਟਰ ਤੇ ਤੁਹਾਡੇ ਵਾਲੀ ਵੀ ਦੋਵਾਂ ਚ ਇਹ ਲਿਖਿਆ ਸੀ ਕਿ ਤੁਸੀਂ ਇੰਟਰਵਿਊ ਲਈ ਬੁਲਾ ਲਓ ਜੇ ਤੁਹਾਨੂੰ ਅਜੇ ਵੀ ਕੋਈ ਕਨਫਿਊਜ਼ਨ ਆ ਕੋਈ ਤੁਹਾਨੂੰ ਡਾਊਟ ਲੱਗਦਾ ਤੁਸੀਂ ਇੰਟਰਵਿਊ ਲਈ ਬੁਲਾ ਲਓ ਅਸੀਂ ਇੰਟਰਵਿਊ ਲਈ ਰੈਡੀ ਆ ਤੇ ਮੈਨੂੰ ਇਹ ਵੀ ਡਰ ਨਹੀਂ ਮਤਲਬ ਮੈਨੂੰ ਇਹ ਵੀ ਲੱਗਦਾ ਸੀ ਕਿ ਸ਼ਾਇਦ ਤੁਹਾਡੀ ਇੰਟਰਵਿਊ ਵੀ ਆ ਸਕਦੀ ਕਿ ਆਫੀਸਰ ਕਹੂਗਾ ਚਲੋ ਬੁਲਾ ਕੇ ਦੇਖ ਲੈਂਦੇ ਹਾਂ ਮੈਂ ਆਪ ਨੂੰ ਐਮਸ ਵੀ ਇੰਟਰਵਿਊ ਅੱਜ ਚਲੋ ਵਧੀਆ ਆਪਾਂ ਜਸਟੀਫਾਈ ਕਰ ਸਕਦੇ ਉਹਨਾਂ ਨੂੰ ਈਜ਼ੀਲੀ ਆਪਾਂ ਨੂੰ ਕਿਹੜਾ ਡਰ ਹੈ ਜੀ ਕੁਝ ਆਪਾਂ ਗਲਤ ਕਰਿਆ ਜਿਆਦਾ ਸਾਰਾ ਕੁਝ ਆਪਣੇ ਕੋਲ ਪ੍ਰੂਫ ਵਗੈਰਾ ਤੁਸੀਂ ਬਾਕੀ ਦੱਸਿਆ ਜੇ ਵੀ ਉਵੇਂ ਲੱਗ ਰਿਹਾ ਸੀ ਜੀ ਇੰਟਰਵਿਊ ਲਈ ਬੁਲਾ ਲੈਂਦੇ ਨੇ ਤਾਂ ਕੋਈ ਇਸ਼ੂ ਨਹੀਂ 1% ਇਸ਼ੂ ਨਹੀਂ ਬਟ ਵੀ ਸਿੱਧਾ ਉਹ ਰਿਜ਼ਲਟ ਨਾ ਦੇਣ ਪੀਐਫਐਲ ਦਾ ਕੁਝ ਗਲਤ ਕੁਝ ਵੀ ਬਾਕੀ ਕਰ ਲੈਣ ਚਲੋ ਸਿੱਧਾ ਵੀ ਫੜਾ ਸਕਦਾ ਸੀ ਸਿੱਧਾ ਕਰ ਸਕਦੇ ਉਹ ਫਰੀਦਕੋਟ ਕੋਈ ਏਜੰਟ ਸੀ ਉਹਦੇ ਕੋਲ ਜਾ ਕੇ ਫੜਾ ਕੇ ਆਏ ਅਸੀਂ ਮੈਨੂੰ ਉਦਣ ਦਾ ਕਹਿ ਰਿਹਾ ਮੈਂ ਟਿਕਟ ਨੀ ਕਰਾਉਣੀ ਆਪਾਂ ਇਕੱਠੇ ਦੇਖਾਂਗੇ ਜੇ ਬਣਦਾ ਕਰ ਮੈਨੂੰ ਐਸੀ ਵੀ ਇਹਨੂੰ ਵੀ ਲਾਰਿਆਂ ਚ ਲਾਈ ਜਾਣਾ ਮੇਰਾ ਪਤਾ ਨੀ ਕੀ ਬਣਨਾ ਇਹਦੀ ਵੀ ਟਿਕਟ ਉਹ ਮੈਨੂੰ ਫੋਨ ਕਰਕੇ ਕਹਿ ਦਿੰਦਾ 20 ਤਰੀਕ ਦੇ ਕੋਲ ਇੰਨੀ ਕਿ ਦੀ ਟਿਕਟ ਮਿਲ ਰਹੀ ਆਪਾਂ ਕਿਵੇਂ ਕਰੀਏ ਮੇਰਾ ਕੁਝ ਨਹੀਂ ਪਤਾ ਸੀ ਤੁਸੀਂ ਆਪਣਾ ਪਾਸਪੋਰਟ ਆ ਲੈਣ ਦੋ ਤੇ ਫੇਰ ਹੀ ਹਾਂਜੀ ਕਿਉਂਕਿ ਕਿਸੇ ਵੇਲੇ ਕੋਈ ਡਿਲੇਸ ਹੋ ਜਾਂਦੇ ਆ ਤੇ ਫੇਰ ਕੱਲ ਟਿਕਟ ਮਹਿੰਗੀ ਆ ਫੇਰ ਤੁਹਾਨੂੰ ਕੋਈ ਰੀਫੰਡ ਨਹੀਂ ਮਿਲਦਾ ਹਾਂਜੀ ਪਾਸਪੋਰਟ ਜਦੋਂ ਤੱਕ ਤੁਹਾਡੇ ਹੱਥ ਨਹੀਂ ਆ ਜਾਂਦਾ ਵੀਜ਼ਾ ਸਟੈਂਪ ਹੋ ਕੇ ਉਦੋਂ ਤੱਕ ਟਿਕਟ ਹਾਂਜੀ ਉਹ ਕੱਢ ਜੂ ਜੀ ਵਿਚਾਰਾ ਮੈਨੂੰ ਐ ਵੀ ਜਸਟ ਮੇਰਾ ਬੈਸਟ ਫਰੈਂਡ ਸੀ ਇਕੱਠੇ ਜਾ ਰਹੇ ਜੀ ਉਹ ਵੀ ਬਹੁਤ ਵੱਡੀ ਗੱਲ ਹੈ ਇੱਕੋ ਦਿਨ ਜਾ ਰਹੇ ਜੀ ਅਸੀਂ ਮੇਰੇ ਨਾਲ ਜਾਊਗਾ ਬਹੁਤ ਕੁਛ ਸਿੱਖ ਰਹੇ ਹਾਂ ਰੋਜ਼ ਹੀ ਕੰਟੀਨਿਊ ਕਰਦੇ ਹਾਂ ਸਿੱਖਣਾ ਕਿਸ ਤਰ੍ਹਾਂ ਪ੍ਰੋਸੀਜਰ ਫੇਅਰਨੈਸ ਲੈਟਰ ਤੁਸੀਂ ਕਿਸੇ ਵੀ ਲਾਇਰ ਕੋਈ ਵੀ ਕੰਸਲਟੈਂਟ ਦੇਖ ਲਓ ਮੇਰਾ ਚੈਲੰਜ ਹੈ ਕਿ ਉਹ ਵੀ ਤੁਹਾਡੀ ਗੱਲ ਇੰਨੀ ਵਧੀਆ ਤਰੀਕੇ ਨਾਲ ਪਹਿਲੀ ਗੱਲ ਤੋਂ ਪਹਿਲੀ ਕੇਸ ਲੈਣ ਦੀ ਗੱਲ ਤਾਂ ਦੂਰ ਹੈ ਕਿ ਉਹਨਾਂ ਨੇ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਹੈਗੀ ਵੀ ਹਾਂ ਵੀ ਤੇਰਾ ਮਿਸ ਰਿਹਾ ਪਾ ਗਿਆ ਵੀ ਤੁਸੀਂ ਆਪਣਾ ਕੰਮ ਕਰ ਲਏ ਸਾਡੇ ਕੋਲ ਕੁਛ ਨਹੀਂ ਹੁੰਦਾ ਬਥੇਰਿਆਂ ਹੁਣ ਤਾਂ ਸਟੂਡੈਂਟ ਨੂੰ ਵੀ ਐਪਲੀਕੈਂਟ ਨੂੰ ਹੋ ਜਾਂਦਾ ਵੀ ਲਾਈਕ ਇੰਨਾ ਕੁਛ ਹੋ ਗਿਆ ਆਪਾਂ 2-4 ਇੱਥੇ ਚੰਡੀਗੜ੍ਹ ਵੀ ਹੈਗੇ ਜੀ ਲੁਧਿਆਣੇ ਹੈਗੇ ਵੱਡੇ ਵੱਡੇ ਕੰਸਲਟੈਂਟ ਕਾ ਹੁੰਦੇ ਆ ਵੀ ਉਹਨਾਂ ਤੋਂ ਕੰਸਲਟ ਕਰ ਲੈਣੇ ਕੀ ਪਤਾ ਕੋਈ ਪੁਆਇੰਟ ਦੱਸ ਦੇਣ ਮੈਨੂੰ ਪਤਾ ਸੀ ਇਹ ਚੀਜ਼ ਦਾ ਵੀ ਕਿਸੇ ਨੇ ਮੂੰਹ ਹੀ ਨਹੀਂ ਲਾਉਣਾ ਵੀ ਲਾਈਕ ਇੱਥੇ ਆ ਕੇ ਉਹ ਨੈਗੇਟਿਵ ਹੋਰ ਕਰਨਗੇ ਵੀ ਤੁਹਾਡੇ ਜਾਣੇ ਗਲਤ ਕਰਤਾ ਜੀ ਉਹ ਵੀ ਉਹੀ ਮਨ ਚ ਫਿਰ ਗਲਤ ਖਿਆਲ ਜਾਣਗੇ ਮੈਂ ਬਸ ਵੀ ਜੋ ਰੱਬ ਕਰੂਗਾ ਜਾਂ ਤੁਹਾਡੇ ਹੱਥ ਹੈਗਾ ਵੀ ਸਾਰਾ ਕੁਛ ਚੰਗੇ ਤਰੀਕੇ ਨਾਲ ਹੋਇਆ ਵੀ ਚਲੋ ਹੁਣ ਕਾਹਦੀ ਵੀ ਉਹ ਹੈ ਵੀ ਚਲੋ ਹੁਣ ਤਾਂ ਬਾਕੀ ਜੋ ਹੋਣਾ ਉਹੀ ਹੋਣਾ ਤੁਹਾਡੀ ਫਾਈਲ ਨੂੰ ਇੱਥੇ ਡੀਲ ਕਰ ਰਿਹਾ ਇੱਥੇ ਫਾਈਲ ਨੂੰ ਡੀਲ ਜਾਂ ਮੈਂ ਕਰਦਾ ਜਾਂ ਨਾਲ ਸਰ ਕਰਦੇ ਤੇ ਔਰ ਤੁਹਾਡੀ ਦੂਜੇ ਬਹੁਤ ਫਰਕ ਪੈਂਦਾ ਪਰਸਨਲ ਡੀਲ ਕਰਨਾ ਇੱਕ ਸਟਾਫ ਸਟਾਫ ਨੂੰ ਕੋਈ ਫਰਕ ਨਹੀਂ ਪੈਣਾ ਇਹ ਤਾਂ ਵੀ ਜਿਹੜਾ ਬੰਦਾ ਪਰਸਨਲ ਕਰ ਰਿਹਾ ਉਹਨੂੰ ਸਾਰਾ ਹੀ ਫਰਕ ਪੈਣਾ ਉਹਦੀ ਰੈਪੂਟੇਸ਼ਨ ਦਾ ਉਸ ਬੰਦੇ ਤੇ ਹੀ ਖੜਾ ਹੈ ਚਾਰ ਬੰਦੇ ਨੂੰ ਹੋਰ ਦੱਸੂ ਜਾ ਕੇ ਵੀ ਮੇਰਾ ਉੱਥੋਂ ਵੀਜ਼ਾ ਆਇਆ ਜਾਂ ਨਹੀਂ ਆਇਆ ਬਟ ਸਟਾਫ ਨੂੰ ਕੀ ਫਰਕ ਪੈਣਾ ਹੈ ਸਟਾਫ ਨੂੰ ਕੁਝ ਵੀ ਹੋਵੇ ਤੁਹਾਡੇ ਕੇਸ ਤੇ ਆਪਾਂ ਤੁਸੀਂ ਆਪ ਸੋਚੇ ਤੁਹਾਨੂੰ ਆਪ ਹੀ ਉਦੋਂ ਆਪਾਂ ਕਹਿੰਦੇ ਕਿ ਜੇ ਆਫੀਸਰ ਨਹੀਂ ਸੈਟੀਸਫਾਈ ਹੁੰਦਾ ਬੇਸ਼ੱਕ ਰਿਫਿਊਜ਼ ਕਰ ਦੇਵੇ ਚਲੋ ਹਾਂ ਮੈਨੂੰ ਆਪ ਵੀ ਰਿਫਿਊਜ਼ ਕਰਦੇ ਕੋਈ ਇਸ਼ੂ ਨਹੀਂ ਵੀ ਚਲੋ ਕਿਸੇ ਬਹਾਨੇ ਬਣ ਜਾਣਾ ਬਣ ਤਾਂ ਜਾਣੀ ਹੈ ਲੇਟ ਇੰਨਾ ਟਾਈਮ ਵੇਟ ਕੀਤਾ ਹੋਰ ਸੀ ਬਟ ਆ ਪੀਐਫਐਲ ਦਾ ਜਮੀ ਪੈਰੀ ਕਰਨ ਤੇ ਜ਼ਮੀਨ ਕੱਟਣ ਵਾਲੇ ਕੰਮ ਕਰਦਾ ਸੀ ਵੀ ਕੋਈ ਹੱਲ ਹੀ ਨਹੀਂ ਰਿਹਾ ਸੀ ਕੋਈ ਰਾਹ ਨਹੀਂ ਦਿਖ ਰਿਹਾ ਸੀ ਕਿਸੇ ਵੀ ਪਾਸੇ ਸਾਰਾ ਦਿਨ ਨੈਗੇਟਿਵ ਹੀ ਖਿਆਲ ਆਉਣੇ ਫਿਰ ਉਸ ਤੋਂ ਬਾਅਦ ਹੀ ਬਹੁਤ ਮੁਸ਼ਕਲ ਹੋ ਜਾਂਦਾ
ਚਲੋ ਕੋਈ ਗੱਲ ਨਹੀਂ ਜੋ ਕਹਿੰਦੇ ਨੇ ਥੈਂਕ ਯੂ ਵੈਰੀ ਮਚ ਭਾਜੀ ਕੋਈ ਗੱਲ ਠੀਕ ਹੈ ਭਾਜੀ ਮੈਂ ਤੁਹਾਨੂੰ ਕਾਲ ਕਰਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਦੀਪ ਸਿੰਘ ਕੋਈ ਆਪਰਚੂਨਿਟੀ ਦਿੱਤਾ ਹੈ ਜਿਹੜੀ ਮੈਨੂੰ ਉਹ ਇੱਕ ਗੱਲ ਜ਼ਰੂਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਕਚੁਅਲੀ ਕਿ ਮੈਨੂੰ ਬੜਾ ਫੀਲ ਹੋਇਆ ਉਸ ਟਾਈਮ ਕਿ ਜਿਸ ਟਾਈਮ ਸ਼ਾਇਦ ਤੁਸੀਂ ਜਾਂ ਤੁਹਾਡੇ ਵਾਈਫ ਨੇ ਇਹ ਜ਼ਾਹਿਰ ਕੀਤਾ ਕਿ ਵੀ ਅਸੀਂ ਤਾਂ ਉਹਨਾਂ ਕੋਲ ਗਏ ਸੀ ਜੀ ਉਹ ਸਾਨੂੰ ਕੀ ਮਿਲਿਆ ਜੀ ਰੈਫਰੈਂਸ ਕਰਕੇ ਗਏ ਸੀ ਉਹਨਾਂ ਦੀ ਯੂਟਿਊਬ ਵੀਡੀਓ ਦੇਖ ਕਰ ਉਹਨਾਂ ਦੇ ਰੈਫਰੈਂਸ ਸੁਣ ਕੇ ਅਸੀਂ ਗਏ ਸੀ ਉੱਥੋਂ ਵੀ ਅਗਰ ਰਿਫਿਊਜ਼ ਹੋ ਗਿਆ ਪੀ ਐਫ ਐਲ ਮਿਲ ਗਿਆ ਤਾਂ ਫਾਇਦਾ ਕੀ ਹੋਇਆ ਇਸ ਗੱਲ ਨੂੰ ਮੈਂ ਬੜਾ ਪਰਸਨਲੀ ਮੈਂ ਫੀਲ ਕੀਤਾ ਕਈ ਦਿਨ ਤੱਕ ਕਿਸੇ ਚੀਜ਼ ਦੇ ਸਾਹਮਣੇ ਪੜੇ ਤੁਹਾਨੂੰ ਮੈਂ ਗਣਾ ਤੇ ਕਿਉਂਕਿ ਉਹ ਚੀਜ਼ ਸਾਡੇ ਉਹ ਚੀਜ਼ਾਂ ਕਦੀ ਭੁੱਲਦੀਆਂ ਨਹੀਂ ਮਤਲਬ ਕਿਸੇ ਵੀ ਕੇਸ ਦਾ ਬਹੁਤ ਵਾਰ ਰੀਡ ਕਰਕੇ ਹਾਂ ਫਿਰ ਦੁਬਾਰਾ ਭੇਜਿਆ ਸੀ ਉਹਨੂੰ ਹਾਂਜੀ ਸੋ ਜੇ ਉਹ ਚੀਜ਼ਾਂ ਕਿਉਂਕਿ ਉਹ ਅਸੀਂ ਖੁਦ ਕੀਤੇ ਤਾਂ ਹੀ ਸਾਡੇ ਦਿਮਾਗ 'ਚ ਮਤਲਬ ਉਹਦੇ ਪੁਆਇੰਟਸ ਕਦੀ ਨਿਕਲਣੇ ਹੀ ਨਹੀਂ ਇਹੋ ਜਿਹੀਆਂ ਚੀਜ਼ਾਂ ਵੈਸੇ ਵੀ ਕੋਈ ਵੀ ਕੇਸ ਹੋਵੇ ਜਦੋਂ ਆਪਾਂ ਇੰਨਾ ਚਿਰ ਡੀਲ ਕਰਦੇ ਹਾਂ ਤਾਂ ਆਟੋਮੈਟਿਕਲੀ ਉਹ ਸਾਰਾ ਕੁਛ ਜਿਹੜਾ ਹੁੰਦਾ ਤੁਹਾਡੇ ਮਾਇੰਡ 'ਚ ਫਿਕਸ ਹੋ ਜਾਂਦਾ ਕਿ ਆਹ ਚੀਜ਼ ਆ ਅਤੇ ਜਿਹੜਾ ਉਹ ਚੀਜ਼ਾਂ ਉਹ ਓਬਵੀਅਸਲੀ ਆਉਂਦੀਆਂ ਹੀ ਆ ਦੋਨੋਂ ਸਾਈਡ 'ਤੇ ਜਦੋਂ ਇੰਨਾ ਟਾਈਮ ਹੋ ਜਾਂਦਾ ਆਸੇ ਪਾਸੇ ਵੀਜ਼ਾ ਆਉਂਦੇ ਹੋਣ ਬਟ ਇਹ ਚੀਜ਼ ਹੁੰਦਾ ਕਿ ਹੁਣ ਤਾਂ ਸਭ ਦੇ ਵੀਜ਼ਾ ਆਉਂਦੇ ਸਾਨੂੰ ਵੀ ਇਹ ਕਿ ਸਾਨੂੰ ਕੋਈ ਚੈਲੇਂਜਿੰਗ ਅਸੀਂ ਕੀ ਡਿਸਕਸ ਕਰੀਏ ਜੇ ਕੋਈ ਚੈਲੇਂਜ ਹੋਵੇ ਸਾਡੇ ਵਾਸਤੇ ਤਾਂ ਅਸੀਂ ਉਸ ਚੀਜ਼ ਨੂੰ ਡਿਸਕਸ ਕਰੀਏ ਤਾਂ ਉਹ ਪਤਾ ਨਹੀਂ ਸੀ ਕਿ ਉਹ ਤੁਹਾਡੇ ਕੇਸ 'ਚ ਸਾਨੂੰ ਚੈਲੇਂਜ ਮਿਲ ਜਾਣਾ ਪਰ ਇਹ ਮੈਂ ਇਹ ਵੀ ਦੱਸਦਾ ਕਿ ਤੁਹਾਡੀ ਫਾਈਲ ਲੱਗੀ ਆ ਬਹੁਤ ਲੋਕ ਕਾਲੇ ਪੈ ਜਾਂਦੇ ਆ ਕਿ ਸਾਡਾ ਕੋਈ ਡਿਸੀਜਨ ਆ ਮੈਂ ਯੂਟਿਊਬ 'ਤੇ ਵੇਖਦਾ ਲੋਕਾਂ ਨੂੰ ਕਮੈਂਟ ਕਰਦੇ ਉਹ ਕੋਈ ਬੰਦਾ ਇਹ ਦੱਸ ਰਿਹਾ ਪੀ ਪੀ ਆਰ ਟਾਈਮ ਲਾਈਨ ਦੱਸ ਰਿਹਾ ਤੇ ਉਹਨੂੰ ਇਹ ਪੁੱਛ ਰਹੇ ਹੁੰਦੇ ਕਿ ਸਰ ਸਾਡੀ ਵੀਕ ਹੋ ਗਿਆ ਇੱਕ ਫਾਈਲ ਲੱਗੀ ਨੂੰ ਸਾਡੀ ਪੀ ਪੀ ਆਰ ਕਦੋਂ ਆਊਗੀ ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੀ ਪੀ ਆਰ ਆਉਣੀ ਨਹੀਂ ਹੈ ਕਿ ਨਹੀਂ ਆਉਣੀ ਪਤਾ ਨਹੀਂ ਉਹ ਪੁੱਛਦੇ ਆ ਕਿ ਸਾਡੀ 6 ਹਫ਼ਤੇ ਬਾਅਦ ਹੀ ਪੇਸ਼ੈਂਸ ਨਹੀਂ ਹੈਗੀ ਤੇ ਤੁਹਾਡੀ ਫਾਈਲ ਮੇਰੇ ਖਿਆਲ 16 ਜੂਨ 2021 ਨੂੰ ਲੱਗੀ ਸੀ ਅੱਜ ਤਕਰੀਬਨ 14 ਮਹੀਨੇ ਹੋ ਗਏ 14 ਮਹੀਨੇ ਬਾਅਦ ਐਕਚੁਅਲੀ ਉਦੋਂ ਫਾਈਲ ਲੱਗੀ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਫਾਈਲ ਲੱਗੀ ਸਾਰਾ ਕੁਛ ਰਿਲੇਸ਼ਨ ਹਿਸਟਰੀ ਸਾਰਾ ਕੁਛ ਫੈਮਿਲੀ ਬੈਕਗਰਾਉਂਡ ਸਾਰਾ ਕੁਛ ਫੰਡਸ ਵਗੈਰਾ ਦਾ ਲਾਈਕ ਮੇਲ ਮੈਸੇਜ ਦਾ ਗੇੜਾ ਵੀ ਇੱਧਰ ਤੁਸੀਂ ਦੱਸਿਆ ਸੀ ਵੀ ਇੱਧਰ ਆ ਕੇ ਜਾਇਓ ਮੈਨੂੰ ਉਦੋਂ ਦਾ ਕਲੀਅਰ ਸੀਗਾ ਵੀ ਚਲੋ ਪਹਿਲਾਂ ਸਟੂਡੈਂਟ ਫਾਈਲ 'ਚ ਦਾ ਜੋ ਵੀ ਹੋਇਆ ਵੀ ਲਾਈਕ ਹੁਣ ਵੀ ਉਦੋਂ ਆਉਣਾ ਬਟ ਜਦੋਂ ਆ ਪੀ ਐਫ ਐਲ ਦਾ ਆਇਆ ਉਦੋਂ ਮਾੜਾ ਜਿਹਾ ਦਿਲ ਡਰ ਗਿਆ ਸੀ ਪਹਿਲਾਂ ਚਾਹੇ ਵੇਟ ਕਰ ਰਹੇ ਸੀ ਮੈਨੂੰ ਐਂ ਵਧੀਆ ਵੀ ਵਧੀਆ ਤਰੀਕੇ ਨਾਲ ਫਾਈਲ ਲੱਗੀ ਹੋਈ ਹੈ ਛੋਟੇ ਆਫਿਸਰ ਉਹਨੇ ਕੈਚ ਕਰ ਲਵੀ ਹੋਵੇ ਤੇ ਉਹਨੇ ਆਪਣੇ ਸੀਨੀਅਰ ਨੂੰ ਕਿਉਂਕਿ ਜਿਹੜੀ ਪੀ ਐਫ ਐਲ ਭੇਜਣੀ ਹੈ ਸਾਰਾ ਸੀਨੀਅਰਸ ਦਾ ਕੰਮ ਹੁੰਦਾ ਹੈ ਤੇ ਹੋ ਸਕਦਾ ਉਹਨਾਂ ਨੇ ਉੱਥੇ ਤੁਹਾਡੀ ਫਾਈਲ ਗਈ ਹੋਵੇ ਉਹਨਾਂ ਨੇ ਫਿਰ ਇਹ ਚੀਜ਼ ਵੇਖ ਕੇ ਤੁਹਾਨੂੰ ਪੀ ਐਫ ਐਲ ਭੇਜੀ ਸੋ ਇਹ ਅੰਦਰ ਦੀਆਂ ਜੋ ਗੱਲਾਂ ਉਹ ਆਪਾਂ ਨੂੰ ਪਤਾ ਹੀ ਨਹੀਂ ਅੰਦਰ ਕੀ ਕੁਛ ਹੁੰਦਾ ਹਾਂਜੀ ਹਾਂ ਇਹ ਤਾਂ ਹੁੰਦੀ ਗੱਲ ਚਲੋ ਠੀਕ ਹੈ ਭਾਜੀ ਤੁਸੀਂ ਵੀ ਆਪਣੀ ਮੂਮੈਂਟ ਇੰਜੋਏ ਕਰੋ ਤੇ ਮੈਂ ਹਾਂਜੀ ਹਾਂ ਠੀਕ ਹੈ ਭਾਈ ਐਕਚੁਅਲੀ ਭਾਈ ਜੇ ਤੁਸੀਂ ਮੇਰੀ ਵਾਈਫ ਨੂੰ ਕਰਨਾ ਉਹ ਲਿੰਕ ਕਰ ਲਓ ਐਕਚੁਅਲੀ ਜੇ ਉਹਨਾਂ ਨੇ ਵੀਡੀਓ ਕਾਲ ਕਰ ਲਈ ਮੈਨੂੰ ਪਹਿਲਾਂ ਮੇਰੇ ਤੋਂ ਰਹਿਣ ਨਹੀਂ ਜਾਣਾ ਲਾਈਕ ਮੇਰੇ ਫੇਸ ਐਕਸਪ੍ਰੈਸ਼ਨ ਦੀ ਲੱਗ ਜਾਣਾ ਉਹਨਾਂ ਨੂੰ ਤਾਂ ਪਤਾ ਕੋਈ ਹਾਂਜੀ ਕੋਈ ਨੀ ਮੈਂ ਤੁਹਾਨੂੰ ਕਰਦਾ ਫਿਰ ਆਪਾਂ ਕਰਦੇ ਹਾਂ ਹੁਣ ਹੀ ਕਰ ਲਿਓ ਭਾਜੀ ਪਲੀਜ਼ ਮੈਂ ਤੁਹਾਨੂੰ ਕਰਦਾ ਓਕੇ ਹਾਂਜੀ ਹਾਂ ਥੈਂਕ ਯੂ ਭਾਜੀ ਵੈਰੀ ਮਚ ਥੈਂਕ ਯੂ ਸਰ